ਕ ਕ ਬਿਗਨਨ ਕੇ ਨਾਸਕ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕੇਰਪਾਲਾ ਪਰਮ ਕਿਰਪਾ ਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾ ਲਾ ਤਹਰੋ ਤਹਰਾ ਪਰ ਪੁੰਨ ਪੁੰਨ ਸਿਰ ਸਾ ਪੁਨ ਪੁਨ ਸੇਸਾ ਬੰਦ ਬਰ ਬਰ ਡਗਦੇ ਸ਼ਾ ਤਰੋਂ ਤਰਾ ਪਰ ਪੁਨ ਪੁਨ ਸੇਸਾ ਉਨ ਪੁਨ ਸੀਸਾ ਬੰਦ ਬਰ ਬਾਰ ਜਗ ਦੀ ਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਤੇਰੇ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅੰਨੁਰਾਗ ਏਕੰਕਾਰ ਸਤਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਹਿ ਬਿਗਨ ਬਿਨਾਸ਼ਨ ਸੋਏ ਆਇਆ ਦੀ ਦੇਵਤਿਆਂ ਦੀ ਦੁਨੀਆ ਵਿੱਚ ਵੀ ਗੁਰੂ ਰਾਮਦਾਸ ਜੀ ਦੀ ਜੱਜਕਾਰ ਹੋ ਰਹੀ ਹੈ ਇੱਧਰ ਵਿਵਾਨ ਬਣਵਾਇਆ ਗਿਆ ਫੁੱਲ ਸਜਾਏ ਗਏ ਮਹਾਰਾਜ ਦਾ ਸਰੀਰ ਉਸ ਵਿਵਾਨ ਤੇ ਸਜਾਇਆ ਗਿਆ ਗੁਰੂ ਅਰਜਨ ਸਾਹਿਬ ਜੀ ਨੇ ਮੋਢਾ ਲਾਇਆ ਹੋਰ ਗੁਰੂ ਕੇ ਸਿੱਖ ਭਾਵਨਾਵਾਂ ਵਾਲੇ ਉਹਨਾਂ ਨੇ ਮੋਢਾ ਲਾਇਆ ਜੀ ਮਹਾਰਾਜ ਜੀ ਦਾ ਜਿਹੜਾ ਸਰੀਰ ਹੈ ਉਸ ਸਾਧ ਸੰਗਤ ਦੀ ਆਪ ਲੈ ਕੇ ਸਾਰੀਆਂ ਸਿੱਖ ਸੰਗਤਾਂ ਚੌਰ ਸਭ ਕਰਦੀਆਂ ਹੋਈਆਂ ਉਸ ਵਾਲੇ ਉਸ ਬੰਨੇ ਪਹੁੰਚੀਆਂ ਜਿਸ ਪਾਸੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰਦੇਵ ਸਤਗੁਰੂ ਗੁਰੂ ਅਮਰਦਾਸ ਜੀ ਦੇ ਸਰੀਰ ਦਾ ਸਸਕਾਰ ਕੀਤਾ ਗਿਆ ਸੀਗਾ ਜੀ ਉੱਥੇ ਫਿਰ ਲੱਕੜਾਂ ਚਿਣੀਆਂ ਗਈਆਂ ਮਹਾਰਾਜ ਜੀ ਦੇ ਸਰੀਰ ਦਾ ਸਸਕਾਰ ਕੀਤਾ ਗਿਆ ਬਹੁਤ ਜ਼ਿਆਦਾ ਸੰਗਤਾਂ ਦੇ ਅੰਦਰ ਬੈਰਾਗ ਹੈ ਕਿਉਂ ਇਹੋ ਦੇ ਸੋਹਣੇ ਰੂਪ ਦੇ ਦਰਸ਼ਨ ਫਿਰ ਕਦੋਂ ਹੋਣਗੇ ਜੀ ਬੜੀ ਮਿਹਨਤ ਕਰਨੀ ਪੈਂਦੀ ਹੈ ਭਜਨ ਬੰਦਗੀ ਕਰ ਕਰਕੇ ਕਈ ਸਿੱਖ ਫਿਰ ਮੰਗਦੇ ਹੀ ਦਰਸ਼ਨ ਨੇ ਉਹਨਾਂ ਨੂੰ ਫਿਰ ਮਹਾਰਾਜ ਦਰਸ਼ਨ ਦਿੰਦੇ ਹੈ ਪਰ ਜਦੋਂ ਮਹਾਰਾਜ ਸਰੀਰ ਦੇ ਵਿੱਚ ਹੋਣ ਜਿਹਦੇ ਭਾਗ ਜਾਗਦੇ ਉਹ ਆ ਕੇ ਦਰਸ਼ਨ ਕਰਦਾ ਹੈ ਜੀ ਹੁਣ ਮਹਾਰਾਜ ਜੀ ਦਾ ਸਰੀਰ ਅਗਨ ਭੇਟ ਕਰਕੇ ਨਾ ਜੀ ਸਾਰੀਆਂ ਸਿੱਖ ਸੰਗਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਰਲ ਕੇ ਤੇ ਵਾਪਸ ਬੌੜੀ ਸਾਹਿਬ ਆ ਗਈਆਂ ਨੇ ਜੀ ਬੌੜੀ ਸਾਹਿਬ ਸਾਰੇ ਗੁਰੂ ਕੇ ਪਿਆਰੇ ਸਿੱਖ ਪਹੁੰਚ ਚੁੱਕੇ ਐ ਹੁਣ ਉੱਥੋਂ ਕਥਾ ਤੁਰਦੀ ਐ ਆਪਾਂ ਬੜੇ ਪਿਆਰ ਦੇ ਨਾਲ ਮਹਾਰਾਜ ਜੀ ਦੀ ਕਥਾ ਸਰਵਣ ਕਰੀਏ ਧਰੋ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਿਆਨ ਮਹਾਰਾਜ ਜੀ ਦਾ ਪਿਆਰ ਆਪਣੇ ਹਿਰਦੇ ਵਿੱਚ ਵਸਾਓ ਕੋਈ ਰਸਨਾ ਬਾਂਜੀ ਨਾ ਰਹੇ ਪ੍ਰੇਮ ਨਾਲ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 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 ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਨਵ ਕੋ ਸਮੁਦਾਏ ਮਹਾਨਾ ਬਹੁਤ ਸਾਰੀਆਂ ਸਿੱਖ ਸੰਗਤਾਂ ਜੀ ਸਮੁਦਾਏ ਮਹਾਨਾ ਬਹੁਤ ਹਜ਼ਾਰਾਂ ਸੰਗਤਾਂ ਇਕੱਠੀਆਂ ਹੋ ਕੇ ਸਿਮਰ ਸਿਮਰ ਗੁਰ ਕੇ ਗੁਣ ਨਾਨਾ ਤੇ ਬੌਲੀ ਸਾਹਿਬ ਦੇ ਲਾਗੇ ਬੈਠ ਗਈਆਂ ਜੀ ਮਹਾਰਾਜੀ ਦੇ ਸਰੀਰ ਦਾ ਸस्कार ਕਰਕੇ ਵਾਪਸ ਆ ਕੇ ਸੰਗਤਾਂ ਬੈਠੀਆਂ ਤੇ ਧੰ ਗੁਰੂ ਰਾਮਦਾਸ ਜੀ ਦੇ ਗੁਣ ਚੇਤੇ ਕਰਨਦੀਆਂ ਜੀ ਕਈ ਗੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੰਗਤਾਂ ਚੇਤੇ ਕਰਦੀਆਂ ਜੀ ਸੋ ਜਸ ਕਰ ਹਾਂ ਬਹੁ ਆਪਸ ਮਹੀਆ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦਾ ਨਾ ਜੀ ਸੋ ਜਸ ਕਰਦੀਆਂ ਜੀ ਸੋ ਜਸ ਦਾ ਭਾਵ ਹੁੰਦਾ ਤਾਰੀਫ ਕਰਦੀਆਂ ਬੜੀ ਤਾਰੀਫ਼ ਕਰਨ ਦਈਆਂ ਜਸ ਕਰ ਰਹੀਆਂ ਸ੍ਰੇਸ਼ਟ ਜਸ ਕਰ ਰਹੀਆਂ ਦੀ ਹਾਂਜੀ ਪਰ ਉਪਕਾਰ ਹੇਤ ਤਨ ਲਹੀਆ ਸੰਗਤਾਂ ਸਿਆਣੇ ਸ਼ਰੀਰ ਬੈਠ ਕੇ ਨਾ ਆਪਸ ਵਿੱਚ ਗੱਲਾਂ ਕਰ ਰਹੇ ਐ ਵੀ ਗੁਰੂ ਰਾਮਦਾਸ ਜੀ ਨੇ ਭਲਾ ਕਰਨ ਵਾਸਤੇ ਸ਼ਰੀਰ ਧਾਰਿਆ ਸੀਗਾ ਦੀ ਦੁਨੀਆਂ ਦਾ ਭਲਾ ਕਰਨ ਵਾਸਤੇ ਸਾਧ ਸੰਗਤ ਜੀ ਆਮ ਪੁਰਸ਼ ਹੁੰਦੇ ਆ ਉਹ ਬਸ ਕਰਮ ਭੋਗਣ ਆਉਂਦੇ ਆ ਸਤੇ ਪਾਛਾ ਤੇ ਭਲਾ ਕਰਨ ਆਉਂਦੇ ਆ ਦੁਨੀਆ ਤੇ ਜੀ ਹਾਂਜੀ ਜਿਵੇਂ ਲੋਕਨ ਕੇ ਭਾਗਨ ਕਾਰਨ ਜੀਵੇ ਕਿਸੇ ਦੇ ਭਾਗ ਹੁੰਦੇ ਆ ਹਾਂਜੀ 나ਭ ਕਨ ਬਿਦ ਤਹ ਤਜ ਜਲ ਧਾਰ ਸਿਆਣੇ ਸਿੱਖ ਨਾ ਆਪਸ ਚ ਗੱਲਾਂ ਕਰ ਰਹੇ ਆ ਕਹਿੰਦੇ ਜਿਵੇਂ ਲੋਕਾਂ ਦਾ ਭਲਾ ਕਰਨ ਵਾਸਤੇ ਲੋਕਾਂ ਦੇ ਭਾਗ ਚੰਗੇ ਬਣਾਉਣ ਵਾਸਤੇ ਜਿਹੜਾ ਬੱਦਲ ਆਣਾ ਦੀ ਉਹ ਪਾਣੀ ਦੀਆਂ ਧਾਰਾਂ ਤਰਤੀ ਤੇ ਸੁੱਟਦਾ ਹੈ ਜੀ ਮੀਂਹ ਪੈਂਦਾ ਹੈ ਇਸੇ ਤਰ੍ਹਾਂ ਜਿਵੇਂ ਬੱਦਲ ਕਿਸੇ ਦਾ ਭਲਾ ਕਰਦੇ ਹਨ ਨਾ ਓਵੇਂ ਗੁਰੂ ਜੀ ਵੀ ਭਲਾ ਕਰਨ ਵਾਸਤੇ ਆਏ ਜੀ ਥੋੜਾ ਜਿਹਾ ਧਿਆਨ ਦਿਓ ਮਹਾਰਾਜ ਸੱਚੇ ਪਾਤਸ਼ਾਹ ਕਿਉਂ ਆਉਂਦੇ ਅਤਰਤੀ ਤੇ ਕਿਉਂ ਸਰੀਰ ਧਾਰਨ ਕਰਦੇ ਹੈ ਇੱਕ ਬੰਦਾ ਜਿਹੜਾ ਦਰਿਆ ਦੇ ਵਿੱਚ ਸੰਗਤ ਦੀ ਬੰਦਿਆਂ ਨੂੰ ਪਾਰ ਲਾਉਂਦਾ ਜੀ ਉਹਦੀ ਬੇੜੀ ਬਣੀ ਵੱਡੀ ਹੈ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕੰਮ ਕਰਦਾ ਜੀ ਤੇ ਅਖੀਰ ਜਦੋਂ ਸੂਰਜ ਡੁੱਬਣ ਲੱਗਦਾ ਉਹ ਆਪਣੀ ਬੇੜੀ ਨੂੰ ਲਾਗੇ ਕਿੱਲੇ ਨਾਲ ਬੰਨ੍ਹ ਦਿੰਦਾ ਆਪਣੇ ਘਰ ਨੂੰ ਜਾਂਦਾ ਜੀ ਰੋਜ਼ ਦੀ ਤਰ੍ਹਾਂ ਅੱਜ ਵੀ ਉਹਨੇ ਸਾਧ ਸੰਗਤ ਦੀ ਬੇੜੀ ਨੂੰ ਬੰਨ੍ਹਤਾ ਲਿਆ ਕੇ ਕਿੱਲੇ ਨਾਲ ਬੰਨ੍ਹ ਦਿੱਤਾ ਉਹ ਆਪਣੇ ਘਰ ਜਾ ਰਿਹਾ ਜੀ ਕੁਝ ਬੰਦੇ ਇਸ ਪਾਰ ਰਹਿ ਗਏ ਜੀ ਜਿਹੜੇ ਇਸ ਪਾਰ ਰਹਿ ਗਏ ਨਾ ਜੀ ਉਹਨੂੰ ਦੁਹਾਈਆਂ ਪਾਉਣ ਵੀ ਕਿਰਪਾ ਕਰ ਤੇ ਸਾਨੂੰ ਵੀ ਪਾਰ ਲਾ ਦੇ ਕਿਉਂ ਇੱਕ ਤੇ ਠੰਡ ਬੜੀ ਹੈ ਇਕ ਲਾਗੇ ਜੰਗਲੀ ਇਲਾਕਾ ਜਾਨਵਰਾਂ ਦਾ ਵੀ ਡਰ ਹੈ ਤੇ ਸਾਡੇ ਤੇ ਕਿਰਪਾ ਕਰ ਭਾਵੇਂ ਤੈਨੂੰ ਖੇਚ ਲਾਉਣੀ ਹੈ ਪਰ ਸਾਨੂੰ ਪਾਰ ਲਾ ਦੇ ਹੁਣ ਅੱਗੇ ਕੀ ਹੋਇਆ ਜੀ ਉਸ ਬੰਦੇ ਨੂੰ ਤਰਸ ਆ ਗਿਆ ਜੀ ਹਾਂ ਜੀ ਉਹ ਤਰਸ ਦਾ ਬੱਜਿਆ ਹੋਇਆ ਵਾਪਸ ਆਉਂਦਾ べੜੀ ਖੋਲਦਾ べੜੀ ਵਿੱਚ ਬੈਠਦਾ ਤੇ ਫਿਰ ਦਰਿਆ ਵਿੱਚ べੜੀ ਦੂਜੇ ਬੰਨੇ ਲੈ ਕੇ ਜਾਂਦਾ ਜੀ ਉਹਨਾਂ ਬੰਦਿਆਂ ਨੂੰ ਪਾਰ ਲਾਉਂਦਾ ਜੀ ਬਸ ਜਿਵੇਂ ਉਹ べੜੀ ਵਾਲਾ ਤਰਸ ਵਿੱਚ ਆ ਕੇ ਬੰਦਿਆਂ ਨੂੰ ਪਾਰ ਲਾਉਣ ਵਾਸਤੇ ਮੁੜ ਜਾਂਦਾ ਨਾ ਜੀ ਇਸੇ ਤਰ੍ਹਾਂ ਮਹਾਰਾਜ ਸੱਤੇ ਪਾਤਸ਼ਾਹ ਤਰਸ ਵਿੱਚ ਆ ਕੇ ਸਾਨੂੰ ਜੀਵਾਂ ਨੂੰ ਪਾਰ ਲਾਉਣ ਵਾਸਤੇ ਆਉਂਦੇ ਐ ਇਨਾਂ ਦਾ ਭਲਾ ਹੋ ਜੇ ਜੀ ਹਾਂਜੀ ਸਾਡਾ ਭਲਾ ਹੋ ਜੇ ਕਿਹੇ ਤਰੀਕੇ ਨਾਲ ਜੀ ਸਿੱਖ ਸਿਆਣੇ ਆਪਸ ਵਿੱਚ ਗੱਲਾਂ ਕਰ ਰਹੇ ਐ ਕਹਿੰਦੇ ਜਿਵੇਂ ਬੱਦਲ ਆ ਕੇ ਮੀਂਹ ਵਰਸਾਉਂਦਾ ਦੂਜਿਆਂ ਦਾ ਭਲਾ ਕਰਦਾ ਇਸੇ ਤਰ੍ਹਾਂ ਗੁਰੂ ਸਾਹਿਬ ਕਰਦੇ ਐ ਸਭ ਕੋ ਹਿਤ ਕਰ ਬਹੁਰ ਸਮਾਵਹਿ ਸਾਰਿਆਂ ਦਾ ਭਲਾ ਕਰਕੇ ਫਿਰ ਸਮਾ ਜਾਂਦੇ ਐ ਮਹਾਰਾਜ ਜੋਤ ਤੇ ਜੋਤ ਸਮਾ ਜਾਂਦੀ ਹੈ ਤਿਮ ਸਤਗੁਰ ਤਨ ਧਰ ਜਗ ਆਵਹਿ ਬਸ ਇਸੇ ਤਰ੍ਹਾਂ ਮਹਾਰਾਜ ਸਰੀਰ ਧਾਰਨ ਕਰਕੇ ਆਉਂਦੇ ਹਨ ਸਾਡਾ ਭਲਾ ਕਰਨ ਵਾਸਤੇ ਆਉਂਦੇ ਜਨਮ ਮਰਨ ਦੁਹਹੁ ਮਹਿ ਨਾਹੀ ਜਨ ਪਰ ਉਪਕਾਰੀ ਆਏ ਭਲਾ ਕਰਨ ਵਾਸਤੇ ਆਉਂਦੇ ਹਨ ਸੱਚੇ ਪਾਤਸ਼ਾਹ ਸਿਖਨ ਕੋ ਕਰ ਕੈ ਕਲਿਆਣ ਆਉਂਦੇ ਹਨ ਸਰੀਰ ਧਾਰਨ ਕਰਦੇ ਹਨ ਗੁਰਤਾ ਗੱਦੀ ਤੇ ਬੈਠਦੇ ਹਨ ਤੇ ਫਿਰ ਗੁਰਸਿੱਖਾਂ ਦਾ ਕਲਿਆਣ ਕਰਦੇ ਜਿੰਦਿਆਂ ਜੀ ਵੀ ਭਲਾ ਕਰ ਦਿੰਦੇ ਤੇ ਮਰਨ ਤੋਂ ਬਾਅਦ ਦਾ ਵੀ ਭਲਾ ਕਰ ਦਿੰਦੇ ਜੀ ਗਮਨਹਿ ਬਹਰ ਬੈਕੁੰਠਮ ਸਥਾਨ ਭਲਾ ਕਰਕੇ ਕਲਿਆਣ ਕਰਕੇ ਫਿਰ ਬੈਕੁੰਠਾ ਨੂੰ ਚਲੇ ਜਾਂਦੇ ਆ ਫਿਰ ਸੱਚਖੰਡ ਨੂੰ ਚਲੇ ਜਾਂਦੇ ਹਨ ਇਤੇ ਆਦਿਕ ਸਿੱਖ ਸਿਆਣੇ ਕਹਿ ਕਹਿ ਇਸ ਤਰੀਕੇ ਨਾਲ ਸਿਆਣੇ ਸਿੱਖ ਜਿਹੜੇ ਆ ਨਾ ਉਹ ਆਪਸ ਵਿੱਚ ਬੈਠੇ ਬੌਲੀ ਸਾਹਿਬ ਲਾਗੇ ਬਚਨ ਬਲਾਸ ਕਰਦੇ ਆ ਮਹਾਰਾਜ ਤੇ ਭਲਾ ਕਰਨ ਵਾਸਤੇ ਆਏ ਆ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸਵਾਉ ਜਨ ਕੈ ਸੰਗ ਚਿਤ ਆਵੇ ਨਾ ਚੇਤਾ ਰਖਿਓ ਉਸ ਬੰਦੇ ਦਾ ਆਇਆ ਹੋਇਆ ਤਰਤੀ ਤੇ ਸਫਲਾ ਹੈ ਜਿਹਦੇ ਕੋਲ ਬੈਠ ਕੇ ਵਾਹਿਗੁਰੂ ਦੀ ਯਾਦ ਆਵੇ ਦੀ ਪਰਮੇਸ਼ਰ ਦਾ ਚੇਤਾ ਜੇ ਨਾ ਜੀ ਉਸ ਬੰਦੇ ਦਾ ertid te ਆਇਆ ਸਫਲਾ ਹੈਗਾ ਜੀ ਹਾਂਜੀ ਸ਼੍ਰੀ ਅਰਜਨ ਕੀ ਦੇਸ ਸਭ ਲਹਿ ਲਹਿ ਹੁਣ ਸਾਰੇ ਗੁਰੂ ਅਰਜਨ ਦੇਵ ਜੀ ਦੇ ਬੰਦੀ ਵੇਖਦੇ ਆ ਭਾਵ ਸਾਰਿਆਂ ਦੇ ਮਨ ਵਿੱਚ ਇਹੋ ਹੀ ਹੈ ਹੁਣ ਸਾਡਾ ਕਲਿਆਣ ਗੁਰੂ ਅਰਜਨ ਸਾਹਿਬ ਕਰਨਗੇ ਜੀ ਹੁਣ ਸਾਡੇ ਤੇ ਇਹ ਮੇਰਾ ਵਰਸਾਉਣਗੇ ਕਿਰਪਾ ਕਰਨਗੇ ਪਾਨੀ ਪਰਜਾਈਨ ਸੰਗ ਮਿਲ ਮਿਲ ਉਧਰ ਬੀਬੀ ਪਾਨੀ ਦੀ ਮਾਤਾ ਪਾਨੀ ਦੀ ਆਪਣੀ ਪਰਜਾਈਆਂ ਦੇ ਨਾਲ ਬੈਠੇ ਹੋਏ ਹਨ ਜੀ ਹਾਂਜੀ ਅਪਰ ਅਨਕਤੀਏ ਆਵਤ ਚਲ ਚਲ ਹੋਰ ਬੜੀਆਂ ਇਸਤਰੀਆਂ ਜਿਹੜੀਆਂ ਨੇ ਉਹ ਮਾਤਾ ਜੀ ਨੂੰ ਮਿਲਣ ਵਾਸਤੇ ਆਉਂਦੀਆਂ ਨੇ ਜੀ ਹਾਂਜੀ ਰੋਦਨ ਕਰਤ ਹੈ ਸਗਰੀ ਪੁਨ ਪੁਨ ਅੱਛਾ ਉਹ ਜਿਹੜੀਆਂ ਇਸਤਰੀਆਂ ਆਉਂਦੀਆਂ ਨੇ ਉਹ ਤੇ ਮਾਤਾ ਪਾਨੀ ਜੀ ਨੂੰ ਰੋ ਰੋ ਵਖਾਉਂਦੀਆਂ ਨੇ ਰੋਣਾ ਸੱਚਾ ਵੀ ਐ ਬੈਰਾਗ ਸੱਚਾ ਵੀ ਐ ਉਹਨਾਂ ਦਾ ਹਾਂਜੀ ਬਾਰ-ਬਾਰ ਸਤਿਗੁਰ ਕੇ ਗੁਣ-ਗੁਣ ਤੇ ਬਾਰ-ਬਾਰ ਮਹਾਰਾਜ ਦੇ ਗੁਣ ਗਉਂਦੀਆਂ ਗੁਰੂ ਰਾਮਦਾਸ ਜੀ ਵਰਗਾ ਦੂਜਾ ਨਹੀਂ ਕੋਈ ਆ ਸਕਦਾ ਜੀ ਕੋਈ ਆ ਵੀ ਨਹੀਂ ਸਕਦਾ ਸਾਧ ਸੰਗਤ ਜੀ ਜੋ ਗੁਰੂ ਰਾਮਦਾਸ ਜੀ ਨੇ ਉਹ ਗੁਰੂ ਰਾਮਦਾਸ ਜੀ ਨੇ ਦੀ ਹਾਂਜੀ ਔਰ ਧੀਰਜ ਕੋ ਪਾਨੀ ਧਰ ਧਰ ਪਰ ਇਹਨਾਂ ਸਾਰਿਆਂ ਵਿੱਚ ਜੇ ਕੋਈ ਅਡੋਲ ਬੈਠਾ ਨਾ ਜੀ ਉਮਾਤਾ ਪਾਨੀ ਦੀ ਬੈਠੇ ਆ ਜੀ ਹਾਂਜੀ ਉਹ ਨਹੀਂ ਆ ਮਿਸਤਰੀਆਂ ਵਾਂਗੂ ਬਿਰਲਾਪ ਕਰਨ ਦੇ ਉਹਨਾਂ ਧੀਰਜ ਧਾਰਿਆ ਜੀ ਆਪਣੇ ਮਨ ਵਿੱਚ ਦੀ ਹਾਂਜੀ ਵੱਡੇ ਪੁਰਸ਼ਾਂ ਦੇ ਘਰ ਵਾਲੇ ਹੋਣਾ ਮਹਿਲ ਹੋਣਾ ਪਤਨੀ ਹੋਣਾ ਇਹਦੇ ਵਾਸਤੇ ਵੀ ਵੱਡੇ ਜਿਗਦੇ ਚਾਹੀਦੇ ਜੀ ਹਾਂਜੀ ਗੁਰਮੂਰਤ ਕੋ ਚਿਤਵਨ ਕਰ ਕਰ ਤੇ ਮਾਤਾ ਪਾਨੀ ਦੀ ਬਾਰ ਬਾਰ ਆਪਣੇ ਮਨ ਚ ਗੁਰੂ ਸਾਹਿਬ ਜੀ ਦਾ ਹੀ ਧਿਆਨ ਧਾਰਦੇ ਜੀ ਗੁਰੂ ਰਾਮਦਾਸ ਜੀ ਦਾ ਗੁਰੂ ਰਾਮਦਾਸ ਜੀ ਤੇ ਸੋਹਣੀ ਮੂਰਤ ਨੂੰ ਚੇਤਾ ਕਰਦੇ ਜੀ ਕੈਸਾ ਮਹਾਰਾਜ ਦੇ ਚਿਹਰੇ ਦਾ ਜਲਾਲ ਲੰਮਾ ਦਾੜਾ ਬੜਾ ਸੋਹਣਾ ਦਸਤਾਰਾ ਸਜਾਉਂਦੇ ਐ ਤੁਸੀਂ ਵੀ ਮਹਾਰਾਜ ਦੇ ਦਰਸ਼ਨਾਂ ਦਾ ਧਿਆਨ ਧਾਰੋ ਤੇ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਔਰ ਧੀਰਜ ਕੋ ਭਾਨੀ ਧਰ ਤਰ ਤੇ ਮਤ ਭਾਨੀ ਜਿਨੇ ਆਪਣੇ ਮਨ ਚ ਬੜਾ ਹੀ ਧੀਰਜ ਰੱਖਿਆ ਜੀ ਬਹੁਤ ਜ਼ਿਆਦਾ ਧੀਰਜ ਰੱਖਿਆ ਜੀ ਗੁਰਮੂਰਤ ਕੋ ਚਿਤਵਨ ਕਰ ਕਰ ਸ਼ਾਂਤ ਮਤੀ ਕਰ ਕੈ ਥਿਰ ਸੋਈ ਬਾਸੋ ਸ਼ਾਂਤ ਮਤ ਨੇ ਜੀ ਐ ਟਿਕੇ ਹੋਏ ਨੇ ਮਹਾਰਾਜ ਦੇ ਗੁਣ ਹਿਰਦੇ ਚ ਚੇਤਾ ਕਰ ਰਹੇ ਹੈ ਹਾਂਜੀ ਪਤਕੈ ਧਿਆਨ ਪਰਾਇਣ ਹੋਈ ਆ ਪਤੀ ਜੀ ਦੇ ਧਿਆਨ ਦੇ ਆਸ ਰਹੀ ਹੈ ਜੀ ਹੁਣ ਤੇ ਬਾਕੀ ਜੀਵਨ ਸਾਰਾ ਜੀ ਭਾਵ ਗੁਰੂ ਰਾਮਦਾਸ ਜੀ ਦੇ ਧਿਆਨ ਦੇ ਆਸ ਰਹੀ ਸਰੀਰ ਰਹਿ ਗਿਆ ਜੀ ਜੀਵਨ ਰਹਿ ਗਿਆ ਇਸ ਤ੍ਰਿਪੁਰਖ ਆਏ ਬਹੁ ਤੇਰੇ ਬਹੁਤ ਸਾਰੀਆਂ ਬੀਬੀਆਂ ਬਹੁਤ ਸਾਰੇ ਜਿਹੜੇ ਪੁਰਸ਼ ਨੇ ਉਹ ਸਾਰੇ ਆ ਰਹੇ ਹਨ ਹਾਂਜੀ ਸ੍ਰੀ ਅਰਜਨ ਢਿਗ ਬੈਠ ਕन्हیرے ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਲਾਗੇ ਬੈਠਦੇ ਆ ਬੀਬੀਆਂ ਮਾਤਾ ਪਾਨੀ ਦੀ ਕੋਲ ਚਲ ਜਾਂਦੀਆਂ ਨੇ ਪੁਰਸ਼ ਮਹਾਰਾਜ ਦੇ ਕੋਲ ਆ ਜਾਂਦੇ ਆ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਬੈਠ ਜਾਂਦੇ ਆ ਹਾਂਜੀ ਬੰਦਨ ਕਰ ਨਿਜ ਸਦਨ ਸਿਧਾਰੈ ਆਉਂਦੇ ਆ ਨਮਸਕਾਰ ਕਰਦੇ ਆ ਤੇ ਗੁਰੂ ਜੀ ਦੇ ਗੁਣ ਚੇਤਾ ਕਰਦੇ ਕਰਦੇ ਘਰ ਜਾਈ ਜਾ ਰਹੇ ਆ ਜੀ ਆਪਣੇ ਇਸ ਪ੍ਰਕਾਰ ਆਵੇਂ ਇੱਕ ਜਾਵੇਂ ਇਸ ਤਰੀਕੇ ਨਾਲ ਇੱਕ ਆ ਰਿਹਾ ਇੱਕ ਜਾ ਰਿਹਾ ਇੱਕ ਆ ਰਿਹਾ ਇੱਕ ਜਾ ਰਿਹਾ ਜੀ ਬਹੁਤ ਸੰਗਤਾਂ ਇਕੱਠੀਆਂ ਹੋਈਆਂ ਤੇ ਸਾਰਿਆਂ ਦੇ ਮਨਾਂ 'ਚ ਬੈਰਾਗ ਹੈ ਗ੍ਰਾਮ ਨਗਰ ਜਹਨ ਜਹਨ ਸੁਧ ਹੋਈ ਜਿਸ ਜਿਸ ਪਿੰਡ ਵਿੱਚ ਖਬਰ ਪਹੁੰਚੀ ਐ ਪਹਾਈ ਪਿਆਰਿਓ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਿੱਤ ਉਹਨਾਂ ਵੇਖਿਆ ਵੀ ਮੇਰਾ ਬੜਾ ਅਨਾਦਰ ਹੋ ਰਿਹਾ ਹੈ ਮੇਰਾ ਬੜਾ ਅਨਾਦਰ ਹੋ ਰਿਹਾ ਹੈ ਦੋਸ਼ ਮੋਹਰੀ ਆਦਿਕ ਕੇਰਾ ਤੇ ਦੋਸ਼ ਪਤਾ ਕਿਹਦੇ ਤੇ ਲਾਉਣ ਜੀ ਬਾਬਾ ਮੋਹਰੀ ਜੀ ਦੇ ਉੱਤੇ ਤੇ ਬਾਬਾ ਬੁੱਢਾ ਜੀ ਦੇ ਉੱਤੇ ਜੀ ਇਹਨਾਂ ਨੇ ਉਹਨਾਂ ਨੂੰ ਪੱਗ ਬੰਨੀ ਐ ਹਾਂਜੀ ਬ੍ਰਿਧ ਆਦਿਕ ਸਿਖ ਕੇਰ ਕਨੇਰਾ ਬਾਬਾ ਬੁੱਢਾ ਸਾਹਿਬ ਜੀ ਦਾ ਬਾਬਾ ਮੋਹਰੀ ਜੀ ਦਾ ਦੋਸ਼ ਲਾਉਣਾ ਹਾਂਜੀ ਜਿਵੇਂ ਇਹਨਾਂ ਨੇ ਪੱਗ ਬੰਨੀ ਤੇ ਉਹ ਗੁਰੂ ਬਣ ਗਏ ਪੱਗ ਤੇ ਤੁਸੀਂ ਵੀ ਬੰਨ ਲਈ ਦੀ ਆਪਣੇ ਸਿਰ ਤੇ ਹਾਂਜੀ ਪਰ ਗੱਲ ਤੇ ਤੁਰੋਂਦੀ ਹੈ ਗੱਜ ਕੇ ਆਖ ਵਾਹਿਗੁਰੂ ਜਰਤ ਹਿਦੈ ਨਹ ਚਲ ਤੋ ਪਾਈ ਉਹ ਬਸ ਜਲਦੇ ਹੀ ਰਹੇ ਜੀ ਉਪਾ ਨਹੀਂ ਚਲਦਾ ਕੋਈ ਯਤਨ ਨਹੀਂ ਚਲਦਾ ਜੀ ਮੋ ਠਿਗ ਭੇਟ ਏਕ ਨਹੀਂ ਆਈ ਮੇਰੇ ਕੋਲ ਇੱਕ ਵੀ ਪੇਟਾ ਨਹੀਂ ਆਈ ਇਧਰ ਸਾਰਾ ਕੁਝ ਹੀ ਜਾਈ ਜਾਂਦਾ ਜੀ ਹਾਂਜੀ ਸਿੱਖ ਸੰਗਤ ਕੋ ਇਹ ਪਰਮਾਵੇ ਹਾਂਜੀ ਸ੍ਰੀ ਅਰਜਨ ਕੋ ਕਹਿ ਪੁਜਵਾਵੇ ਤੇ ਉਹ ਮਨ ਚ ਸੋਚਣ ਵੀ ਬਾਬਾ ਬੁੱਢਾ ਜੀ ਤੇ ਬਾਬਾ ਮੋਰੀ ਦੀ ਸੰਗਤਾਂ ਨੂੰ ਕਹਿੰਦੇ ਨੇ ਵੀ ਗੁਰੂ ਗੁਰੂ ਅਰਜਨ ਸਾਹਿਬ ਨੂੰ ਮੰਨੋ ਮੇਰੇ ਬਾਰੇ ਕੋਈ ਪ੍ਰਚਾਰ ਹੀ ਨਹੀਂ ਕਰਦਾ ਹਾਂਜੀ ਮੁੱਛ ਆਛੋ ਨਾ ਇਹਾ ਬਸਾਵੋ ਤੇ ਮੇਰੇ ਲਈ ਇੱਥੇ ਰਹਿਣਾ ਹੁਣ ਸਹੀ ਨਹੀਂ ਹੈਗਾ ਗੱਜ ਕੇ ਆਖੋ ਵਾਹਿਗੁਰੂ ਕੀ ਕਰਨ ਜੀ ਦੁਖੀ ਐ ਨਾ ਹੋਗੇ ਦੀ ਆਪਣੇ ਮਨ ਵਿੱਚ ਬੜਾ ਯਤਨ ਕੀਤਾ ਤੱਕੇ ਨਾ ਲੈਣ ਦਾ ਪਰ ਬਣ ਕੁਝ ਨਾ ਸਕਿਆ ਜੀ ਹਾਂ ਜਾਉ ਸੁਧਾਸਰ ਬਿਖੈ ਪੂਜਾਵਾਂ ਤੇ ਸਾਧ ਸੰਗਤ ਜੀ ਸੋਚਦੇ ਵੀ ਮੈਂ ਅੰਮ੍ਰਿਤਸਰ ਜਾਵਾਂ ਉੱਥੇ ਮੇਰੀ ਪੂਜਾ ਹੋਏਗੀ ਉੱਥੇ ਪੂਜਾ ਹੋਏਗੀ ਮੇਰੀ ਹਾਂ ਇਮ ਵਿਚਾਰ ਦੁੱਖ ਪਾਏ ਕਨੇਰਾ ਇਹ ਵਿਚਾਰ ਕਰਨ ਦੇ ਤੇ ਮਨ ਵਿੱਚ ਬੜੇ ਹੀ ਦੁਖੀ ਨੇ ਜੀ ਬੜੇ ਹੀ ਦੁਖੀ ਨੇ ਈਰਖਾ ਬੰਦੇ ਨੂੰ ਸੁਖੀ ਨਹੀਂ ਰਹਿਣ ਦਿੰਦੀ ਭਾਵੇਂ ਸਕੇ ਭਰਾ ਨਾਲੋ ਜੀ ਸਕੇ ਭਰਾ ਨੇ ਨਾ ਜੀ ਗੁਰੂ ਅਰਜਨ ਦੇਵ ਮਹਾਰਾਜ ਛੋਟੇ ਨੇ ਉイールਖਾਂ ਨਹੀਂ ਸੁਖੀ ਰਹਿਣ ਦਿੰਦੀ ਜੀ ਬੰਦੇ ਨੂੰ ਜੀ ਹਾਂਜੀ ਸ੍ਰੀ ਅੰਮ੍ਰਿਤਸਰ ਗਮਨਿਓ ਫੇਰਾ ਬਸ ਫੇਰ ਕੀ ਸੀ ਆਪਣੀ ਘਰ ਵਾਲੀ ਬੀਬੀ ਕਰਮੋ ਨੂੰ ਲਿਆ ਦੋ ਤਿੰਨ ਪੱਖੀ ਸਾਨੂੰ ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਆ ਗਏ ਜੀ ਜਹਾਂਗੀਰ ਪਾਤਸ਼ਾਹ ਭਇਓ ਹੈ ਸੁਲਹੀ ਤੇ ਉਮਰਾਵਕਿਓ ਹੈ ਉਧਰ ਸਾਧ ਸੰਗਤ ਜੀ ਹੁਣ ਧਿਆਨ ਨਾ ਸੁਣਿਓ ਜਹਾਂਗੀਰ ਇਦਰੋਂ ਬਾਦਸ਼ਾਹ ਬਣ ਗਿਆ ਹਾਂਜੀ ਗੁਰੂ ਅਰਜਨ ਸਾਹਿਬ ਸਮੇਂ ਜਹਾਂਗੀਰ ਰਿਆ ਜੀ ਗੁਰੂ ਰਾਮਦਾਸ ਜੀ ਵੇਲੇ ਅਕਬਰ ਵੀ ਰਿਆ ਤੇ ਜਹਾਂਗੀਰ ਵੀ ਰਿਆ ਜੀ ਇਦਰੋਂ ਜਹਾਂਗੀਰ ਨੇ ਸਾਧ ਸੰਗਤ ਜੀ ਸੁਲਹੀ ਖਾਨ ਨੂੰ ਆਪਣਾ ਉਮਰਾਵ ਖਾਸ ਬੰਦਾ ਬਣਾਇਆ ਜੀ ਤੇ ਬਾਬਾ ਪ੍ਰਿਥੀਆ ਜੀ ਨੇ ਵੇਖਿਆ ਵੀ ਸੁਲਹੀ ਖਾਨ ਮਾਝੇ ਵਿੱਚ ਆਇਆ ਜੀ ਤੇ ਸਰਕਾਰੀ ਬੰਦਾ ਹੈ ਤੇ ਮੈਂ ਸਰਕਾਰ ਨਾਲ ਗੰਢ ਤੁੱਪ ਰੱਖਾਂ ਆਉਣ ਵਾਲੇ ਸਮੇਂ ਤੇ ਮੇਰੀ ਫਿਰ ਗੁਰਤਾ ਗੱਦੀ ਹੋ ਜਾਏਗੀ ਜੀ ਚੇਤਾ ਰੱਖਿਓ ਰੱਬੀ ਬੰਦਿਆਂ ਨੂੰ ਰੱਬ ਦਾ ਹੀ ਆਸਰਾ ਹੁੰਦਾ ਜੀ ਉਹਨਾਂ ਨੂੰ ਬੰਦਿਆਂ ਦਾ ਆਸਰਾ ਨਹੀਂ ਹੁੰਦਾ ਜੀ ਮਹਾਰਾਜ ਬਾਣੀ ਚ ਕਹਿੰਦੇ ਆ ਜਿਸ ਕਾ ਨਾਹੀ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਜਿਹਦਾ ਕੋਈ ਨਹੀਂ ਨਾ ਹੁੰਦਾ ਉਹਦਾ ਰੱਬ ਹੁੰਦਾ ਕਹਿੰਦੇ ਆ ਗਰੀਬ ਤੋਂ ਜ਼ਿਆਦਾ ਡਰੋ ਅਮੀਰ ਨਾਲੋਂ ਗਰੀਬ ਤੋਂ ਜ਼ਿਆਦਾ ਡਰੋ ਕਿਉਂ ਅਮੀਰ ਦੀ ਤੇ ਸਿਆਸੀ ਬੰਦਿਆਂ ਤੱਕ ਪਹੁੰਚ ਹੋਏਗੀ ਨਾ ਗਰੀਬ ਦੀ ਪਹੁੰਚ ਰੱਬ ਤੱਕ ਹੁੰਦੀ ਹੈ ਜੀ ਉਹਨੇ ਰੱਬ ਨੂੰ ਹੀ ਅਰਦਾਸ ਕਰਨੀ ਹੈ ਕਿਉਂ ਸਿਆਸੀ ਨੇ ਤੇ ਕਿਸੇ ਦੀ ਸੁਣਨੀ ਨਹੀਂ ਜੀ ਹਾਂਜੀ ਉਹਨੇ ਰੱਬ ਨੂੰ ਅਰਦਾਸ ਕਰਨੀ ਹੈ ਤੇ ਰੱਬ ਨੇ ਸਭ ਸਿਆਸੀ ਬੰਦੇ ਡਾ ਦੇਣੇ ਹੁੰਦੇ ਜੀ ਇਸ ਕਰਕੇ ਮਹਾਰਤ ਵਾਹਿਗੁਰੂ ਸਿਆਣੇ ਬੰਦੇ ਕਹਿੰਦੇ ਕਹਿੰਦੇ ਅਮੀਰ ਨਾਲੋਂ ਜ਼ਿਆਦਾ ਗਰੀਬ ਤੋਂ ਡਰੋ ਇਹਦੀ ਬਾਤ ਅਸੀਸ ਨਾ ਲਵੋ ਇਹਦੀ ਬਾਤ ਅਸੀਸ ਨਾ ਲਵੋ ਪਤਾ ਨਹੀਂ ਲੱਗਦਾ ਦਿਨ ਕਿਹੜੇ ਵੇਲੇ ਫਿਰ ਜਾਂਦੇ ਹਨ ਮੈਂ ਅੱਗੇ ਵੀ ਇੱਕ ਦਿਨ ਬੇਬਤੀ ਕੀਤੀ ਸੀਗੀ ਪਿਆਰਿਓ ਇੱਕ ਪਤੀ ਆਪਣੀ ਪਤਨੀ ਦੇ ਨਾਲ ਘਰ ਵਿੱਚ ਬੈਠਾ ਹੈ ਬੈਲ ਖੜਕੀ ਉਹ ਪਤਨੀ ਗਈ ਜਦੋਂ ਉਹਨੇ ਸਾਧ ਸੰਗਤ ਦੀ ਦਰਵਾਜ਼ਾ ਖੋਲਿਆ ਨਾ ਤੇ ਉਹਨੇ ਚੀਕ ਮਾਰ ਦਿੱਤੀ ਜੀ ਗੱਜ ਕੇ ਆਖ ਵਾਹਿਗੁਰੂ ਉੱਬਰ ਭਿਖਾਰੀ ਆਇਆ ਸੀ ਮੰਗਣ ਵਾਲਾ ਉਹਨੇ ਚੀਕ ਮਾਰੀ ਉਹਦਾ ਪਤੀ ਬੜਾ ਦੁਖੀ ਹੋਇਆ ਚੀਕ ਮਾਰ ਕੇ ਉਹਨੇ ਸਾਧ ਸੰਗਤ ਜੀ ਆਪਣੇ ਪਤੀ ਨੂੰ ਆਵਾਜ਼ ਮਾਰੀ ਉਹਦਾ ਪਤੀ ਆਇਆ ਉਹਨੇ ਵੇਖਿਆ ਵੀ ਇਹ ਸ਼ੌਕਡ ਹੋ ਗਈ ਆ ਥੋੜੀ ਉਹਨੇ ਉਹਨੂੰ ਭਿਖਾਰੀ ਨੂੰ ਵੇਖਿਆ ਤੇ ਸਾਧ ਸੰਗਤ ਜੀ ਉਹਨੇ ਉਸ ਭਿਖਾਰੀ ਨੂੰ ਵੇਖ ਕੇ ਕੁਝ ਦਾਨ ਦੇ ਦਿੱਤਾ ਜੀ ਤੇ ਜਦੋਂ ਭਿਖਾਰੀ ਚਲੇ ਗਿਆ ਨਾ ਉਹ ਆਪਣੀ ਪਤਨੀ ਨੂੰ ਪੁੱਛਦਾ ਵੀ ਤੂੰ ਚੀਕ ਕਿਉਂ ਮਾਰੀ ਉਹ ਕਹਿੰਦੀ ਗੱਲ ਸੁਣ ਇਹ ਜਿਹੜਾ ਭਿਖਾਰੀ ਆਇਆ ਸੀ ਨਾ ਇਹ ਕੋਈ ਹੋਰ ਨਹੀਂ ਸੀ ਮੇਰਾ ਪਹਿਲਾ ਘਰ ਵਾਲਾ ਸੀ ਕਹਿੰਦੀ ਗੱਜ ਕੇ ਆਖੋ ਵਾਹਿਗੁਰੂ ਕਹਿਣ ਲੱਗਾ ਤੇਰਾ ਘਰ ਵਾਲਾ ਕਿਹਨੇ ਕਹਿੰਦੀ ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਆਪਣੇ ਪਤੀ ਦੇ ਨਾਲ ਆਪਣੇ ਘਰ ਵਿੱਚ ਸਾਂ ਇੱਕ ਮੰਗਣ ਵਾਲਾ ਫਕੀਰ ਆਇਆ ਤੇ ਮੇਰਾ ਪਤੀ ਬਾਹਰ ਗਿਆ ਉਹਨੇ ਉਸ ਮੰਗਣ ਵਾਲੇ ਫਕੀਰ ਨੂੰ ਆਖਿਆ ਕਿ ਮੰਗਦਾ ਫਿਰਦਾ ਚੰਗਾ ਭਲਾ ਤੇਰਾ ਸਰੀਰ ਹੈ ਜਾ ਭੱਜ ਜਾ ਇਥੋਂ ਕੋਈ ਕੰਮ ਕਰ ਜਾ ਕੇ ਵਿਹਲੇ ਆ ਜਾਂਦੇ ਆ ਮੰਗਣ ਵਾਸਤੇ ਕਹਿੰਦੀ ਉਹ ਫਕੀਰ ਮੰਗਣ ਵਾਲਾ ਪਤਾ ਨਹੀਂ ਕੀ ਕੌਣ ਸੀ ਕਹਿਣ ਲੱਗੀ ਉਹ ਪਤਾ ਨਹੀਂ ਕੀ ਕਹਿ ਗਿਆ ਉਸ ਦਿਨ ਤੋਂ ਬਾਅਦ ਮੇਰੇ ਘਰ ਵਾਲੇ ਦੇ ਕੋਲ ਗਰੀਬੀ ਆਉਣੀ ਸ਼ੁਰੂ ਹੋ ਗਈ। ਇੰਨੀ ਗਰੀਬੀ ਆ ਗਈ ਮੇਰਾ ਖਰਚਾ ਵੀ ਔਰੇ ਕੋਲੋਂ ਨਹੀਂ ਸੀ ਹੁੰਦਾ। ਉਹ ਮੰਗਣ ਵਾਸਤੇ ਮਜਬੂਰ ਹੋ ਗਿਆ ਤੇ ਮੈਂ ਉਹਨੂੰ ਛੱਡਾਂ ਹੀ। ਸਮੇਂ ਦੇ ਨਾਲ ਮੇਰਾ ਵਿਆਹ ਤੇਰੇ ਨਾਲ ਹੋ ਗਿਆ। ਕਹਿਣ ਲੱਗਾ ਮੈਨੂੰ ਤੈਨੂੰ ਤਰੀਕ ਯਾਦ ਹੈ ਵੀ ਉਹ ਕਿਹੜੀ ਤਰੀਕ ਸੀ। ਕਹਿਣ ਲੱਗੀ ਠੰਡ ਦੇ ਦਿਨ ਸਨ। ਤੇ ਇਹੋ ਜਿਹਾ ਮਹੀਨਾ ਸੀ ਕੋਈ ਕਹਿ ਲੱਗਾ ਅੱਛਾ ਉਹਨੇ ਪਰਮੇਸ਼ਰ ਖੁਦਾ ਦਾ ਸ਼ੁਕਰ ਕੀਤਾ ਕਹਿ ਲੱਗਾ ਸੁਣ ਲੈ ਉਹ ਜਿਹੜਾ ਮੰਗਤਾ ਆਇਆ ਸੀ ਮੰਗਣ ਵਾਸਤੇ ਕੋਈ ਹੋਰ ਨਹੀਂ ਸੀ ਮੈਂ ਹੀ ਸਾਂ ਕਹਿਣ ਲੱਗੇ ਉਹ ਮੈਂ ਸਾਂ ਜਦੋਂ ਇਹਨੇ ਆਖਿਆ ਸੀ ਨਾ ਕਿ ਤੇਰੇ ਹੱਦ ਪੈਰ ਚੰਗੇ ਆ ਜਾ ਜਾ ਕੇ ਕੰਮ ਕਰ ਮੈਂ ਰੱਬ ਦੀ ਯਾਦ ਚ ਜੁੜਿਆ ਹੋਇਆ ਸਾਂ ਮੈਂ ਆਖਿਆ ਕੋਈ ਗੱਲ ਨਹੀਂ ਫੇ ਰੱਬਾ ਖੁਦਾ ਇਹਨੇ ਮੈਨੂੰ ਤਾਣਾ ਮਾਰਿਆ ਇਹਦਾ ਨਿਆਂ ਤੂੰ ਕਰਣਾ ਹੈ ਚੇਤਾ ਰੱਖਿਓ ਗਰੀਬ ਦੀ ਪਹੁੰਚ ਰੱਬ ਤੱਕ ਹੁੰਦੀ ਜੇ ਤੇ ਗਰੀਬ ਤੋਂ ਡਰਨਾ ਚਾਹੀਦਾ ਜੀ ਗੱਜ ਕੇ ਆਖੋ ਵਾਹਿਗੁਰੂ ਅਮੀਰ ਦੀ ਨਹੀਂ ਕੋਈ ਗੱਲ ਉਹਦੀ ਪਹੁੰਚ ਬੰਦਿਆਂ ਤੱਕ ਹੁੰਦੀ ਹੈ ਪਰ ਡਰੋ ਹੋਰੇ ਤੋਂ ਜ ਜੀ ਦੀ ਪਹੁੰਚ ਰੱਬ ਤੱਕ ਹੈ ਗਈ ਹੈ ਜੀ ਹਾਂ ਜੀ ਬਾਬੇ ਪ੍ਰਿਥੀਏ ਨੇ ਬੰਦੇ ਬੜੇ ਗੰਡੇ ਦੀ ਨਾਲ ਜੀ ਸਰਕਾਰੀ ਬੰਦੇ ਆਪਣੇ ਨਾਲ ਗੰਢ ਲੈ ਜੀ ਉਹ ਜਦੋਂ ਸਰਕਾਰੀ ਬੰਦੇ ਗੰਡੇ ਉਹਨਾਂ ਨੇ ਆਖਿਆ ਕੋਈ ਗੱਲ ਨਹੀਂ ਘਬਰਾ ਨਾ ਅਸੀਂ ਤੇਰੇ ਨਾਲ ਹੈਗੇ ਆ ਜਦੋਂ ਅਸੀਂ ਤੇਰੇ ਨਾਲ ਆ ਤੂੰ ਕਿਉਂ ਘਬਰਾਉਣਾ ਤੇ ਗੁਰੂ ਅਰਜਨ ਦੇਵ ਮਹਾਰਾਜ ਉਧਰ ਗੁਰਤਾ ਗੱਦੀ ਤੇ ਬੈਠੇ ਜੀ ਹਾਂਜੀ ਦੋਹਰਾ ਸ਼੍ਰੀ ਅਰਜਨ ਗੁਰਤਾ ਲਈ ਹੋਈ ਸ਼ਕਤ ਵਿਸਾਲ ਇਤਰ ਅੰਮ੍ਰਿਤਸਰ ਚ ਆ ਕੇ ਬਾਬਾ ਪ੍ਰਥੀਆ ਸਰਕਾਰੀ ਬੰਦਿਆਂ ਨਾਲ ਸਾਂਝ ਪਾ ਰਿਆ ਉਧਰ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਲੈ ਕੇ ਬਹੁਤ ਵੱਡੀ ਸ਼ਕਤੀ ਪ੍ਰਾਪਤ ਹੋਈ ਜੀ ਉਹਨਾਂ ਨੂੰ ਜੀ ਹਾਂਜੀ ਨੋ ਨਿਧ ਰਿਧ ਸਿੱਧ ਅਸ਼ਟਦਾਸ ਆਗੈ ਥਿਤ ਸਭ ਕਾਲ ਨੋ ਨਿਧੀਆਂ ਪਿਆਰਿਓ ਨੌ ਨਿੱਧੀਆਂ 18 ਸਿੱਧੀਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਈਆਂ ਜੀ ਗੱਜ ਕੇ ਆਖੋ ਵਾਹਿਗੁਰੂ ਜਦੋਂ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਜੀ ਦੁਨਿਆਵੀ ਬੰਦੇ ਕਿਵੇਂ ਬਰਾਬਰਤਾ ਕਰ ਲੈਣਗੇ ਜੀ ਹਾਂਜੀ ਚੌਪਈ ਤੀਨ ਲੋਕ ਮੈਂ ਅਸਨਹਿ ਕੋਈ ਤਿੰਨਾ ਲੋਕਾਂ ਦੇ ਵਿੱਚ ਇਹੋ ਜਿਹਾ ਕੋਈ ਨਹੀਂ ਹੈਗਾ ਸਾਧ ਸੰਗਤ ਜੀ ਹਾਂ ਜਹ ਹੈ ਸੁ ਕਰੇ ਹਟਾਵੇਂ ਜੋਈ ਕਿ ਜੋ ਗੁਰੂ ਅਰਜਨ ਦੇਵ ਸਹਿ ਮਹਾਰਾਜ ਕਰ ਦੇਣ ਉਹਨੂੰ ਕੋਈ ਬਦਲ ਸਕੇ ਜੀ ਤਿੰਨਾ ਲੋਕਾਂ ਵਿੱਚ ਇਹੋ ਜਿਹਾ ਕੋਈ ਨਹੀਂ ਹੈਗਾ ਜੀ ਹਾਂ ਜੀ ਇੰਦਰ ਸਮੇਤ ਦੇਵਤਾ ਸਾਰੇ ਇੰਦਰ ਵਰਗੇ ਹੋਰ ਵੱਡੇ ਵੱਡੇ ਜਿਹੜੇ ਦੇਵਤੇ ਹਨਾ ਜੀ ਰਹਾ ਹੈ ਸਦਾ ਆਇਸ ਅਨੁਸਾਰੇ ਉਹ ਦੇਵਤੇ ਵੀ ਤਾਨੂੰ ਗੁਰੂ ਅਰਜਨ ਦੇ ਮਹਾਰਾਜ ਦੇ ਹੁਕਮ ਵਿੱਚ ਰਹਿਣ ਲੱਗ ਪਏ ਜੀ ਗੱਜ ਕੇ ਆਖੋ ਵਾਹਿਗੁਰੂ ਸਾਰੇ ਮਹਾਰਾਜ ਦੇ ਹੁਕਮ ਵਿੱਚ ਰਹਿਣ ਲੱਗ ਪਏ ਜੀ ਵਾਹਿਗੁਰੂ ਜਿਸ ਕੋ ਚਾਹ ਹੈ ਨਰਕ ਮਹਿ ਪਾਵਹਿ ਗੁਰੂ ਅਰਜਨ ਸਾਹਿਬ ਚਾਉਣ ਜਿੰਨੂੰ ਚਾਉਣ ਉਹਨੂੰ ਨਰਕਾਂ ਵਿੱਚ ਪਾ ਦੇਣਾ ਜੀ ਹਾਂਜੀ ਨਰਕ ਵਿਖੇ ਤੇ ਸੁਰਗ ਪੁਚਾਵਹਿ ਤੇ ਜਿੰਨੂੰ ਚਾਉਣ ਮਹਾਰਜ ਨਰਕਾਂ ਚੋਂ ਕੱਢ ਕੇ ਸਵਰਗਾਂ ਵਿੱਚ ਪਹੁੰਚਾ ਦੇਣ ਜੀ ਤਾਕਤ ਹੈ ਨਾ ਮਹਾਰਾਜ ਦੀ ਸਮਰੱਥਾ ਸੱਚੇ ਪਾਤਸ਼ਾਹ ਜੀ ਦੀ ਮਹਾਰਾਜ ਪਦ ਬਖਸ਼ਹ ਰੰਕ ਜਿੰਨੂੰ ਮਹਾਰਾਜ ਚਾਹਣ ਕੰਗਾਲ ਬੰਦੇ ਨੂੰ ਮਹਾਰਾਜਾ ਬਣਾ ਦੇਣ ਜੀ ਸਭ ਕੁਝ ਕਰ ਸਕਦੇ ਆ ਕਿਉਂ ਗੁਰੂ ਅਰਜਨ ਪ੍ਰਤਖ ਹਰ ਗੁਰੂ ਅਰਜਨ ਪ੍ਰਤਖ ਹਰ ਹੰਦੀ ਰੰਕ ਕਰ ਹੈ ਰਾਜਾ ਭੂ ਬੰਕ ਮਹਾਰਾਜੇ ਨੂੰ ਕੰਗਾਲ ਬਣਾ ਦੇਣ ਤੇ ਕੰਗਾਲ ਨੂੰ ਮਹਾਰਾਜੇ ਬਣਾ ਦੇਣ ਜੀ ਜੋ ਚਾਹਣ ਉਹ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਰ ਸਕਦੇ ਹਨ ਹਾਂ ਜੀ ਕਰ ਹੈ ਬਚਨ ਜੀਵਤ ਕੋ ਮਾਰੈ ਜੇ ਮਹਾਰਾਜ ਬਚਨ ਕਰ ਦੇਣ ਨਾ ਤੇ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਦੇ ਨਾਲ ਜਿਉਂਦਾ ਬੰਦਾ ਤਤਕਾਲ ਮਰ ਸਕਦਾ ਹੈ ਜੀ ਮਹਾਰਾਜ ਵਿੱਚ ਏਡੀ ਵੱਡੀ ਤਾਕਤ ਹੈ ਸਮਰੱਥਾ ਹੈ ਜੀ ਜਦੋਂ ਹੈ ਹੀ ਪਰਮੇਸ਼ਰ ਨੇ ਜੀ ਹਾਂਜੀ ਮਰਤੇ ਕੋ ਤਤਕਾਲ ਉਬਾਰੈ ਤੇ ਜੇ ਮਹਾਰਾਜ ਚਾਹਣ ਮਰਦੇ ਬੰਦੇ ਨੂੰ ਵੀ ਜਿਉਂਦਾ ਕਰ ਸਕਦੇ ਹਨ ਜੀ ਤਾਕਤ ਹੈ ਨਾ ਸਮਰੱਥਾ ਹੈ ਹਾਂ ਜੀ ਰੇਸ ਪਰ ਸੰਤਾ ਸਫਲ ਵਿਸਾਲਾ ਜਿਹਦੇ ਤੇ ਮਹਾਰਾਜ ਵੀਰ ਰਸ ਤਾਰਣ ਉਹਦਾ ਕੱਖ ਨਹੀਂ ਰਹਿੰਦਾ ਤੇ ਜਿਹਦੇ ਤੇ ਖੁਸ਼ ਹੋ ਜਾਣ ਉਹਨੂੰ ਸਭ ਕੁਝ ਮਿਲਦਾ ਹੈ ਜੀ ਹਾਂ ਜੀ ਨਾਸ਼ਨ ਬਖਸ਼ਨ ਹੈ ਤਤਕਾਲਾ ਤੇ ਜਿਹਨੂੰ ਚਾਉਣ ਬਖਸ਼ ਦੇਣ ਜਿਹਨੂੰ ਚਾਉਣ ਨਾਸ ਕਰ ਦੇਣ ਜੀ ਗੱਲ ਕਾਦੀ ਹੈ ਗੱਲ ਗੁਰੂ ਅਰਜਨ ਦੇਵ ਮਹਾਰਾਜ ਦੀ ਇੱਛਾ ਦੀ ਹੈ ਸਭ ਕੁਝ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਵਿੱਚ ਹੈਗਾ ਜੀ ਹਾਂਜੀ ਏਮ ਸਮਰਥਤਾ ਕਹਾਂ ਛੁਪਾਈ ਪਰ ਇਹ ਇੰਨੀ ਵੱਡੀ ਜਿਹੜੀ ਸਮਰਥਤਾ ਹੈ ਨਾ ਸਮਰੱਥਾ ਹੈ ਉਹ ਮਹਾਰਾਜ ਗੁਪਤ ਕਰਕੇ ਬੈਠੇ ਹੈ ਜੀ ਹਾਂਜੀ ਅਨੇਕ ਹੇਤ ਤੇ ਹਵਾ ਬਿੱਦ ਤਾਈ ਪਰ ਫਿਰ ਵੀ ਸਾ ਸੰਗਤ ਦੀ ਗੱਲ ਪ੍ਰਗਟ ਹੋ ਹੀ ਜਾਂਦੀ ਹੈ ਜਦੋਂ ਸਿੱਖਾਂ ਨੇ ਆਉਣਾ ਮਹਾਰਜ ਦੇ ਦਰਸ਼ਨ ਕਰਨੇ ਦਰਸ਼ਨ ਕਰਕੇ ਸ਼ਾਂਤੀ ਮਿਲਣੀ ਹੈ ਤੇ ਪਿਆਰਿਓ ਗੱਲ ਕਿਵੇਂ ਨਹੀਂ ਪ੍ਰਗਟ ਹੋਏਗੀ ਦੀ ਕਰਦਿਆਂ ਕਰਦਿਆਂ ਗੱਲ ਪ੍ਰਗਟ ਹੋ ਹੀ ਗਈ ਦੀ ਹਾਂਜੀ ਸਿੱਖ ਸੇਵਕ ਪਰਖ ਹੈ ਬਉ ਭਾਂਤੀ ਬੜੇ ਸਿੱਖ ਸੇਵਕ ਮਾਰਾ ਨੂੰ ਪਰਖਦੇ ਰਹਿੰਦੇ ਆ ਜੀ ਕੋਈ ਨਾ ਕੋਈ ਗੱਲ ਮੂੰਹੋਂ ਨਹੀਂ ਮੰਗਦੇ ਮਨ 'ਚ ਸੋਚਦੇ ਆ ਗੁਰੂ ਅਰਜਨ ਸਾਹਿਬ ਅੱਗੇ ਖੜੇ ਹੋ ਕੇ ਉਹਨਾਂ ਦੀ ਗੱਲ ਪੂਰੀ ਹੋ ਜਾਂਦੀ ਹੈ ਜੀ ਮਾਰਾ ਬੜੀ ਵੱਡੀ ਤਾਕਤ ਦਾ ਨਾਮ ਹੈ ਗੁਰੂ ਅਰਜਨ ਦੇਵ ਜੀ ਸਭ ਘਟ ਘਟ ਕੀ ਜਾਣਹਿ ਬਾਤੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਘਟ ਘਟ ਦੀ ਗੱਲ ਜਾਣਦੇ ਹਨ ਗੱਜ ਕੇ ਆਖੋ ਵਾਹਿਗੁਰੂ ਸਭਨਾ ਦੇ ਦਿਲਾਂ ਦੀਆਂ ਜਾਣਦੇ ਹਨ ਕੌਣ ਕਿਸ ਭਾਵ ਨਾਲ ਸੇਵਾ ਕਰ ਰਿਹਾ ਹੈ ਕੌਣ ਕੀ ਕਰ ਰਿਹਾ ਹੈ ਸਤਿਗੁਰੂ ਜੀ ਨੂੰ ਸਾਰੀ ਗੱਲ ਦਾ ਪਤਾ ਹੈ ਅਜ਼ਮਤ ਜੁਤ ਸਿੱਖ ਕੀ ਤਿਕ ਅਹੈਂ ਹਾਂਜੀ ਗੁਰੂ ਸਰੂਪ ਰਿਦਾ ਸਭ ਲਹੈ ਤੇ ਸਾ ਸੰਗਤ ਦੀ ਅਜਮਤ ਜੁਤ ਸਿੱਖ ਕੀਤਿਕ ਅਹੈ ਗੁਰੂ ਸਰੂਪ ਰਿਦਾ ਸਭ ਲਹੈ ਸਾ ਸੰਗਤ ਦੀ ਬਹੁਤ ਸਾਰੇ ਸਿੱਖ ਐਸੇ ਹਨ ਜਿਹੜੇ ਕਰਾਮਾਤਾਂ ਦੇ ਖਜ਼ਾਨੇ ਕੋਲ ਰੱਖਦੇ ਐ ਜਿਹੜੇ ਗੁਰੂ ਅਰਜਨ ਸਾਹਿਬ ਦੇ ਸਿੱਖ ਨੇ ਦੀ ਭਾਈ ਗੜਿਆ ਜੀ ਵਰਗੇ ਸਿੱਖ ਨੇ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਜਿਹੜੇ ਰੇਤ ਬਲ ਵੇਖਦੇ ਤੇ ਰੇਤ ਹੀ ਸੋਨੇ ਦੀ ਬਣਾ ਦਿੰਦੇ ਨੇ ਹਾਂਜੀ ਬੜੀਆਂ ਬੜੀਆਂ ਕਰਾਮਾਤਾਂ ਵਾਲੇ ਬਾਬਾ ਬੁੱਢਾ ਸਾਹਿਬ ਜੀ ਜੈਸੇ ਸਿੱਖ ਹਨ ਗੁਰੂ ਅਰਜਨ ਸਾਹਿਬ ਦੇ ਕੋਲ ਪਰ ਉਹ ਸਾਰੇ ਸਿੱਖ ਗੁਰੂ ਅਰਜਨ ਸਾਹਿਬ ਜੀ ਨੂੰ ਆਪ ਵੱਡਾ ਜਾਣਦੇ ਪਰਮੇਸ਼ਰ ਜਾਣਦੇ ਹਾਂਜੀ ਕਰੇ ਬੰਦਨਾ ਸੇਵਹਿ ਪਾਸ ਕਹ ਲੱਗੇ ਜਿਹੜੇ ਮਹਾਰਾਜ ਗਰੀਬ ਨਿਵਾਜ ਦੀ ਵਾਂਗ ਸ਼ਕਤੀ ਰੱਖਦੇ ਹੈ ਉਹ ਜਿਹੜੇ ਸਿੱਖ ਹਨ ਉਹ ਵੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਮੱਥਾ ਹੀ ਟੇਕਦੇ ਆ ਆਕੇ ਉਹ ਵੀ ਮੱਥਾ ਟੇਕਦੇ ਇਹਦਾ ਮਤਲਬ ਇਹ ਸਮਝੋ ਪਿਆਰਿਓ ਜਿਸ ਰੁੱਖ ਦੀ ਸ਼ਾਖਾ ਵਧੀਆ ਹੋਵੇ ਉਹ ਰੁੱਖ ਆਪ ਕਿੱਡਾ ਵਧੀਆ ਹੋਏਗਾ ਜੀ ਸਿੱਖ ਤੇ ਟਾਹਣੀਆਂ ਨੇ ਗੁਰੂ ਅਰਜਨ ਸਾਹਿਬ ਸਾਹਿਬ ਸਫਲਿਓ ਰੁਖੜਾ ਮਰਦ ਰੁੱਖ ਦੀ ਨਿਆਈ ਹਨ ਤੇ ਜਿਹਦੀਆਂ ਟਾਹਣੀਆਂ ਵਧੀਆਂ ਨੇ ਉਹ ਲੋਕ ਆਪ ਕਿੱਡਾ ਵਧੀਆ ਹੋਏਗਾ ਜਿਸ ਗੁਰੂ ਅਰਜਨ ਸਾਹਿਬ ਦੇ ਸਿੱਖ ਕਰਮਾਤਾਂ ਵਾਲੇ ਨੇ ਉਹ ਗੁਰੂ ਅਰਜਨ ਸਾਹਿਬ ਆਪ ਕਿੱਡੇ ਵੱਡੇ ਦਾਤੇ ਹੋਣਗੇ ਜੀ ਹਾਂ ਖਰੇ ਹੋਏ ਬੋਲੈ ਅਰਦਾਸ ਖੜੇ ਹੋ ਜਾਂਦੇ ਆ ਮਹਾਰਾਜ ਦੇ ਕੋਲ ਤੇ ਗੁਰੂ ਕੇ ਸਿੱਖ ਪਿਆਰ ਨਾਲ ਅਰਦਾਸਾਂ ਕਰਦੇ ਆ ਹਾਂਜੀ ਰਾਮਦਾਸ ਗੁਰ ਸੁਨਹਿ ਚਲਾਨਾ ਹਾਂਜੀ ਸੰਗਤ ਆਏ ਭੇਟ ਲੈ ਨਾਨਾ ਤੇ ਦੂਰ ਦੂਰ ਤੁਹਾਨੂੰ ਪਤਾ ਉਦੋਂ ਕਿਹੜਾ ਸੋਸ਼ਲ ਮੀਡੀਆ ਸੀ ਹੌਲੀ ਹੌਲੀ ਖਬਰ ਦਾ ਪਤਾ ਲੱਗਣਾ ਸੀ ਦੂਰ ਦੂਰ ਜਦੋਂ ਖਬਰ ਪਹੁੰਚਦੀ ਹੈ ਵੀ ਸੰਗਤਾਂ ਸੁਣਦੀਆਂ ਮਹਾਰਾਜ ਸਰੀਰ ਤਿਆਗ ਗਏ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਸਾਹਿਬ ਗੁਰੂ ਬਣੇ ਆ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਜੀ ਹਾਂਜੀ ਦਰਸ਼ਨ ਕਰੇ ਭਾਵਨਾ ਪਾਵੇ ਹੈ ਤੇ ਕਮਾਲ ਦੀ ਗੱਲ ਇਹ ਹੈ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਚੜ੍ਹਦੀ ਜਵਾਨੀ ਦੀ ਉਮਰ ਮਹਾਰਾਜ ਤਖਤ ਤੇ ਬੈਠਦੇ ਹੈ ਸੰਗਤਾਂ ਦਰਸ਼ਨ ਕਰਦੀਆਂ ਨੇ ਮੰਗਦੇ ਵੀ ਨਹੀਂ ਹੈ ਸੰਗਤਾਂ ਸੋਚਦੀਆਂ ਹੀ ਨੇ ਜੋ ਸੋਚਦੀਆਂ ਨੇ ਉਹ ਵੀ ਮਿਲ ਹੀ ਜਾਂਦਾ ਹੈ ਜੀ ਹੁਣ ਐਸੇ ਗੁਰੂ ਦੇ ਦਰਸ਼ਨ ਕਿਵੇਂ ਸਾਧ ਸੰਗਤ ਬੰਦਾ ਛੱਡੇ ਜੀ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਏ ਸੰਗਤਾਂ ਆਕੇ ਮਹਾਰਜ ਦੇ ਦਰਸ਼ਨ ਕਰਦੀਆਂ ਜੋ ਸੋਚਦੀਆਂ ਉਹੀ ਮਿਲੀ ਜਾਂਦਾ ਦੀ ਹਾਂਜੀ ਗੁਣ ਗਨ ਗਾਵਤ ਸਦਨ ਸਿਧਾਵੇਂ ਤੇ ਸੰਗਤਾਂ ਆਕੇ ਦਰਸ਼ਨ ਕਰਕੇ ਗਉਣ ਗਾਉਂਦੀਆਂ ਹੋਈਆਂ ਕਰ ਜਾਂਦੀਆਂ ਨੇ ਜੀ ਰਸਤੇ 'ਚ ਮਹਾਰਾਜ ਦੇ ਗੁਣ ਗਾਉਂਦੇ ਕਿੱਡੇ ਸ਼ਾਂਤ ਕਿੰਨੇ ਧੀਰਜ ਧਾਰੀ ਹਨ ਸੱਚੇ ਪਾਤਸ਼ਾਹ ਦੇਸ਼ ਵਿਦੇਸ਼ਨ ਭੇ ਬਖਿਆਤ ਤੇ ਲੋ ਜੀ ਫਿਰ ਪਹਿਲਾਂ ਤੇ ਪਿੰਡਾਂ ਪਿੰਡਾਂ ਚ ਖਬਰਾਂ ਚ ਗਈਆਂ ਫਿਰ ਹੌਲੀ ਹੌਲੀ ਦੇਸ਼ਾਂ ਵਿਦੇਸ਼ਾਂ ਵਿੱਚ ਮਹਾਰਾਜ ਦਾ ਜਸ ਛਾ ਗਿਆ ਜੀ ਦੂਰ ਦੂਰ ਤੱਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਹਾਰਾਜ ਦਾ ਜਸ ਜਿਹੜਾ ਉਹ ਦੂਰ ਦੂਰ ਤੱਕ ਜਾਣ ਲੱਗ ਪਿਆ ਗਾਦੀ ਪਰ ਬੈਠੇ ਲਗੂਤਾਤ ਤੇ ਕੀ ਜਸ ਜਾ ਰਿਆ ਮਹਾਰਾਜ ਦੇ ਦੇ ਗੱਦੀ ਗੁਰੂ ਰਾਮਦਾਸ ਜੀ ਦੀ ਗੁਰੂ ਨਾਨਕ ਸਾਹਿਬ ਜੀ ਦੀ ਉਹਦੇ ਤੇ ਮਹਾਰਾਜ ਦੇ ਛੋਟੇ ਪੁੱਤਰ ਬੈਠੇ ਨੇ ਹਾਂਜੀ ਸ੍ਰੀ ਨਾਨਕ ਕੀ ਜੋਤ ਬਿਲੰਦਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਜੋਤ ਮਹਾਨ ਜੋਤ ਜਿਹੜੀ ਹੈ ਮਹਿਜ ਬਿਰਾਜਿਤ ਅਰਜਨ ਚੰਦਾ ਓਹ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਗਰੀਬ ਨਵਾਜ਼ੀ ਦੇ ਵਿੱਚ ਬਿਰਾਜ ਗਈ ਹੈ ਬੜੀਆਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹਨ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਹਨ ਪਰ ਵੇਖ ਲਓ ਦੂਰੋਂ ਦੂਰੋਂ ਸੰਗਤਾਂ ਆ ਕੇ ਲਾਭ ਲੈ ਰਹੀਆਂ ਹਨ ਪਰ ਬਾਬਾ ਪ੍ਰਿਥੀਆ ਜੀ ਸਕੇ ਭਰਾ ਨੇ ਫਿਰ ਵੀ ਕਦਰ ਨਹੀਂ ਜਾਣ ਸਕੇ ਜੀ ساری ਉਮਰ ਵੈਰ ਹੀ ਕੀਤਾ ਜੀ ਉਹਨਾਂ ਨੇ ਜੀ ਹਾਂ ਸ਼੍ਰੀ ਅਮ੍ਰਿਤਸਰ ਪ੍ਰਥੀਆ ਰਹਿਓ ਉਹ ਅਮ੍ਰਿਤਸਰ ਵਿੱਚ ਰਹਿਣ ਲੱਗ ਪਏ ਜੀ ਹਾਂਜੀ ਮੈਂ ਗੁਰ ਬਨਿਓ ਬਹੁਤ ਹੀ ਕਰਿਓ ਓਹ ਬਹੁਤ ਹੀ ਕਹਿਓ ਬੜੀਆਂ ਬੜਿਆਂ ਨੂੰ ਆਖਿਆ ਵੀ ਮੈਂ ਗੁਰੂ ਬਣ ਗਿਆ ਪਰ ਪਤਾ ਤੇ ਸਾਰਿਆਂ ਨੂੰ ਸੀ ਵੀ ਗੁਰੂ ਕੌਣ ਹੈ ਹਾਂਜੀ ਆਉਣਾ ਪੂਜਾ ਕੋਈ ਚੜਾਵੈ ਫੇਰ ਵੀ ਕੋਈ ਪੂਜਾ ਨਹੀਂ ਚੜਾਉਂਦਾ ਜੀ ਉਹਨਾਂ ਨੂੰ ਕੋਈ ਮੱਥਾ ਹੀ ਨਹੀਂ ਟੇਕਦਾ ਜੀ ਆ ਕੇ ਨਹੀਂ ਜਾਏ ਕਰ ਸੀਸ ਨਿਵਾਵੈ ਕੋਈ ਜਾ ਕੇ ਸਿਰ ਨਹੀਂ ਨਿਵਾਉਂਦਾ ਉਹਨਾਂ ਨੂੰ ਹਾਂਜੀ ਬਹੁਤ ਬਿਸੂਰਤ ਕਰਤ ਉਪਾਏ ਬੜਾ ਝੂਰਦੇ ਐ ਜੀ ਬੜੇ ਯਤਨ ਕਰਦੇ ਐ ਸੰਗਤ ਪਰ ਕੁਛ বাস ਨਾ ਬਸਾਏ ਪਰ ਕੀ ਕਰਨ ਸੰਗਤ ਤੇ ਬਸ ਨਹੀਂ ਜਾਂਦਾ ਹੁਣ ਸੰਗਤ ਨੂੰ ਥੋੜੀ ਮਾਰਨਗੇ ਜੀ ਉਹ ਇਹ ਮੈਨੂੰ ਆ ਕੇ ਮੱਥਾ ਟੇਕ ਸ੍ਰੀ ਅਰਜਨ ਜੀ ਗੋਇੰਦਵਾਲ ਉੱਤਰ ਵੇਖੋ ਰੌਣਕਾਂ ਲੱਗੀਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਹਨ ਜੀ ਆਪਣੇ ਨਾਨਕੇ ਨਗਰ ਜੀ ਕੇਤਕ ਮਾਸ ਬਸੇ ਸੁਖ ਨਾਲ ਗੁਰਤਾ ਗੱਦੀ ਤੇ ਸੱਜ ਕੇ ਕੁਝ ਮਹੀਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਥੇ ਹੀ ਰਹੇ ਜੀ ਕਿਥੇ ਜੀ ਗੋਇੰਦਵਾਲ ਸਾਹਿਬ ਰਹੇ ਜੀ ਹਾਂ ਸ੍ਰੀ ਗੁਰੂ ਰਾਮਦਾਸ ਗੁਰਦਾਸ ਪਠਿਓ ਆਗਰੇ ਸੰਗਤ ਪਾਸ ਉਦੋਂ ਹੁਣ ਸੁਣੋ ਧਿਆਨ ਨਾਲ ਭਾਈ ਗੁਰਦਾਸ ਜੀ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਆਗਰੇ ਭੇਜਿਆ ਸੀਗਾ ਜੀ ਤੁਸੀਂ ਕਥਾ ਸੁਣੀ ਸੀ ਪਿੱਛੇ ਹਾਂਜੀ ਸੋ ਭੀ ਤਿਆਰ ਹੋਏ ਚੱਲ ਪਰਿਓ ਉਹਨਾਂ ਨੂੰ ਪਤਾ ਲੱਗਾ ਮਹਾਰਾਜ ਜੋਤੀ ਜੋਤ ਸਮਾਗੇ ਹਨ ਗੁਰੂ ਅਰਜਨ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਭਾਣ ਜੇ ਲੱਗਦੇ ਜੀ ਉਹਨਾਂ ਨੂੰ ਜਦੋਂ ਪਤਾ ਲੱਗਾ ਉਹ ਆਗਰੇ ਤੋਂ ਫਿਰ ਤਿਆਰ ਹੋਏ ਜੀ ਦਰਸ਼ਨਾਂ ਵਾਸਤੇ ਸੁਨ ਪਰਲੋਕ ਪਿਆਨਾ ਕਰਿਓ ਹਾਂਜੀ ਗੁਰਦੇ ਦਿਜਨ ਦਾਨ ਬਹੁ ਤੇਰਾ ਹਾਂਜੀ ਜਾਚਕ ਤ੍ਰਿਪਤ ਕਰੇ ਤਿਸ ਬੇਰਾ ਤੇ ਕਿੱਥੇ ਹੈ ਕਹਿਣ ਲੱਗੇ ਆ ਕਿ ਜਦੋਂ ਉਹਨਾਂ ਸੁਣਿਆ ਸੋਪੀ ਤਿਆਰ ਚਲਨ ਕੋ ਹੋਇਓ ਸੋਨ ਪਰ ਲੋਗ ਪਰ ਪਿਆਨਾ ਕਰਿਓ ਗੁਰ ਤੇ ਦਿੱਧਨ দান ਬਹੁ ਤੇਰਾ ਜਾਤਕ ਤ੍ਰਿਪਤ ਕਰੇ ਤਿਸ ਬੇਰਾ ਉਥੇ ਫਿਰ ਸਾਧ ਸੰਗਤ ਜੀ ਮਹਾਰਾਜ ਗਰੀਬ ਨਿਵਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਅਧਿਕਾਰੀ ਜਾਣ ਕੇ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਤੇ ਬਿਠਾਇਆ ਇਹ ਗੱਲ ਭਾਈ ਗੁਰਦਾਸ ਜੀ ਦੇ ਕੰਨਾਂ 'ਚ ਪਈ ਜੀ ਹਾਂਜੀ ਕਲ ਪਤਰੂ ਅਨਮਾਨਤ ਕੋਈ ਕਹਿ ਚਿੰਤਾ ਮਨ ਕੋ ਬਪ ਹੋਈ ਇਧਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਲਾਗੇ ਬਰਕਤਾਂ ਹੀ ਬਰਕਤਾਂ ਵਰਤਨ ਦਈਆਂ ਜੀ ਸ਼ਕਤੀਆਂ ਹੀ ਸ਼ਕਤੀਆਂ ਵਰਤ ਰਹੀਆਂ ਤਾਕਤਾਂ ਹੀ ਤਾਕਤਾਂ ਵਰਤ ਰਹੀਆਂ ਜੀ ਗੋਇੰਦਵਾਲ ਨਿਕਟ ਜੇ ਗ੍ਰਾਮ ਸੁਨ ਜਾਚਕ ਆਏ ਤਜ ਧਾਮ ਤੇ ਸਾਧ ਸੰਗਤ ਜੀ ਮਹਾਰਾਜ ਗਰੀਬ ਨਿਵਾਜ ਗੁਰੂ ਅਰਜਨ ਸਾਹਿਬ ਜੀ ਨੇ ਆਖਿਆ ਭਾਈ ਅਸੀਂ ਥੋੜਾ ਸਮਾਂ ਗੋਇੰਦਵਾਲ ਸਾਹਿਬ ਰਹਿਣਾ ਜਿੰਨੂੰ ਜੋ ਚਾਹੀਦਾ ਆ ਕੇ ਮੰਗ ਲੋ ਵੇਖੋ ਕਿੱਡੀ ਵੱਡੀ ਦਿਆਲਤਾ ਗੁਰੂ ਜੀ ਦੀ ਗੱਜ ਕੇ ਆਖੋ ਵਾਹਿਗੁਰੂ ਬੜੇ ਸਾ ਸੰਗਤ ਜੀ ਦੇ ਜਾਏ ਦੀ ਬ੍ਰਾਹਮਣ ਲੋਕ ਸਾਨੂੰ ਵੀ ਦਾਨ ਦਿਓ ਮਰਨ ਖੁੱਲਾ ਦਾਨ ਦਿੱਤਾ ਜੀ ਉਹਨਾਂ ਨੂੰ ਜੀ ਹਾਂਜੀ ਮਨ ਬਾਣਸ਼ਤ ਸਭ ਲੈ ਕੇ ਗਮਨੇ ਉਹ ਮਨ ਇੱਛਾ ਦਾਨ ਲੈ ਕੇ ਨਾ ਫਿਰ ਗੁਰੂ ਅਰਜਨ ਸਾਹਿਬ ਜੀ ਦੇ ਕੋਲੋਂ ਆਪੋ ਆਪਣੇ ਘਰ ਨੂੰ ਗਏ ਜੀ ਸਰਬ ਕਰਤ ਜਸ ਨਿਜ-ਨਿਜ ਭਵਨੇ ਉਹ ਜਿੰਨੇ ਦਿੱਦ ਸਨ ਬ੍ਰਾਹਮਣ ਸਨ ਉਹ ਵੀ ਗੁਰੂ ਅਰਜਨ ਦੇਵ ਜੀ ਦਾ ਜਸ ਕਰਨ ਕਮਾਲ ਦੇ ਗੁਰੂ ਆ ਕਹਿਣ ਲੱਗੇ ਜੋ ਮੰਗੋ ਦਈ ਜਾਂਦੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਏ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਉਹ ਬ੍ਰਾਹਮਣ ਵੀ ਮਹਾਰਾਤਾ ਬੜਾ ਜਸ ਕਰਨ ਗੁਰੂ ਅਰਜਨ ਦੇਵ ਜੀ ਦਾ ਕਹੋ ਪ੍ਰੇਮ ਨਾਲ ਧੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹੇਤ ਪਿਤਾ ਬੌਦੀਨਸ ਦਾਨ ਮਹਾਰਾਜ ਨੇ ਆਪਣੇ ਪਿਤਾ ਜੀ ਨੂੰ ਯਾਦ ਰੱਖ ਕੇ ਬੜਾਈ ਦਾਨ ਦਿੱਤਾ ਜੀ ਬੜੀਆਂ ਹੀ ਬਖਸ਼ਿਸ਼ਾਂ ਕੀਤੀਆਂ ਰਹਿਮਤਾਂ ਕੀਤੀਆਂ ਕੀਰਤ ਪਸਰੀ ਬਿਦਤ ਜਹਾਨ ਤੇ ਸਾਰੇ ਜਹਾਨ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਦੀ ਕੀਰਤੀ ਫੈਲੀ ਜੀ ਹਾਂਜੀ ਪਤਾ ਲੱਗ ਗਿਆ ਛੋਟੀ ਉਮਰ ਦੇ ਹਨ ਗੁਰੂਤਾ ਗਦੀ ਪ੍ਰਾਪਤ ਕੀਤੀ ਹੈ ਬੜੇ ਹੀ ਗੁਣ ਨੇ ਜਾਸੀ ਜਸ ਫੈਲ ਗਿਆ ਤਰੀਫਾਂ ਹੀ ਤਰੀਫਾਂ ਫੈਲ ਗਈਆਂ ਪੁਨ ਸ੍ਰੀ ਅਰਜਨ ਰਿਦੇ ਵਿਚਾਰਾ ਫਿਰ ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ ਗੁਰੂ ਅਰਜਨ ਸਾਹਿਬ ਜੀ ਨੇ ਪਿਤਾ ਨਗਰ ਬਸਵੇ ਹਿਤਧਾਰਾ ਵੀ ਸਾਨੂੰ ਆਪਣੇ ਪਿਤਾ ਜੀ ਦੇ ਨਗਰ ਜਾਣਾ ਚਾਹੀਦਾ ਭਾਵ ਅਮਰਤਸਰ ਹਾਂਜੀ ਨਾਨੇ ਕੋ ਇਸ ਥਲ ਪਰਵਾਰ ਇਹ ਸਾਡੇ ਨਾਨਕੇ ਨੇ ਇੱਥੇ ਸਾਡੇ ਨਾਨਾ ਜੀ ਦਾ ਪਰਿਵਾਰ ਰਹਿੰਦਾ ਹੈ ਹਾਂਜੀ ਬਸ ਹੋ ਸੁਖੀ ਨਿਤ ਬਧੋ ਉਧਾਰ ਉਹ ਇੱਥੇ ਰਹਿਣ ਨਿਤਾ ਪ੍ਰਤੀ ਵਦਨ ਇਹੋ ਹੀ ਮਹਾਰਾਜ ਹਿਰਦੇ ਚ ਕਾਮਨਾ ਕਰਦੇ ਹੈ ਬਸ ਬੋ ਇਹਾ ਅਜੋਗ ਹਮਾਰੋ ਮਹਾਰਾਜ ਵਿਚਾਰ ਕਰਦੇ ਆਪਣੇ ਮਨ ਵਿੱਚ ਇੱਥੇ ਸਾਡੇ ਮਾਮੇ ਸਾਡਾ ਨਾਨਕਾ ਪਰਿਵਾਰ ਰਵੇ ਸਾਡਾ ਰਹਿਣਾ ਉੱਥੇ ਬਣਦਾ ਜਿੱਥੇ ਸਾਡੇ ਪਿਤਾ ਜੀ ਰਹੇ ਨੇ ਜੀ ਹਾਂਜੀ ਸੰਗਤ ਦਿਨ ਪ੍ਰਤ ਆਏ ਹਜ਼ਾਰੋਂ ਕਿਉਂ ਹਜ਼ਾਰਾਂ ਸੰਗਤਾਂ ਨੇ ਆਉਣਾ ਹੈ ਇੰਨਾ ਵੱਡਾ ਲੰਗਰ ਚਲਾਉਣਾ ਜੀ ਹਾਂਜੀ ਖੇਦ ਹੋਤ ਸਭ ਹੀ ਬਿੱਦ ਜਾਣਿਓ ਤੇ ਇਹਨਾਂ ਨੂੰ ਖੇਚਲ ਹੋਏਗੀ ਇੰਨੇ ਵੱਡੇ ਲੰਗਰ ਚਲਾਉਣੇ ਸਾਡੇ ਨਾਨਕਿਆਂ ਨੂੰ ਖੇਚਲ ਹੋਏਗੀ ਹਾਂਜੀ ਚਲਨ ਸੁਧਾਸਰ ਕੋ ਹਿਤ ਠਾਨਿਓ ਇਹ ਵਿਚਾਰ ਕਰਕੇ ਮਹਾਰਾਜ ਨੇ ਅੰਮ੍ਰਿਤਸਰ ਆਉਣ ਦਾ ਫੁਰਨਾ ਬਣਾਇਆ ਜੀ ਮੋਹਨ ਅਪਰਮੋਹਰੀ ਸਾਥ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਨੂੰ ਗਰੀਬ ਨਵਾਜ਼ ਗੁਰੂ ਅਰਜਨ ਦੇਵ ਸਾਹਿਬ ਵਚਨ ਕਰਦੇ ਨਮੋ ਠਾਨ ਸ੍ਰੀ ਅਰਜਨ ਨਾਥ ਮਾਰਾ ਕਹਿੰਦੇ ਹੁਣ ਸਾਨੂੰ ਆਗਿਆ ਦਿਓ ਆਪਣੇ ਮਾਮੇ ਜਾਣ ਕੇ ਵੱਡੇ ਜਾਣ ਕੇ ਗੁਰੂ ਅਰਜਨ ਸਾਹਿਬ ਨੇ ਮੱਥਾ ਵੀ ਟੇਕਿਆ ਉਹਨਾਂ ਨੂੰ ਜੀ ਆਪਰਾ ਬਾਪ ਪਰਮੇਸ਼ਰ ਮਹਾਰਾਜ ਹਾਂ ਜੀ ਕਹਿਓ ਪਿਤਾ ਕੀ ਆਇਸ ਮੋਹੇ ਕਹਿ ਲਗੇ ਸਾਨੂੰ ਸਾਡੇ ਪਿਤਾ ਜੀ ਦਾ ਹੁਕਮ ਸੀਗਾ ਹਾਂ ਜੀ ਕਾਰ ਸੁਧਾਸਰ ਕਰਬੇ ਜੋਹੇ ਕਿ ਅੰਮ੍ਰਿਤ ਸਰੋਵਰ ਦੀ ਸੇਵਾ ਕਰਾਉਣੀ ਤੇ ਵਿੱਚ ਹਰਿ ਮੰਦਰ ਬਣਾਉਣਾ ਹੈ ਸੋ ਉਹ ਕਾਰਜ ਹੁਣ ਸਾਨੂੰ ਕਰਨਾ ਚਾਹੀਦਾ ਕਹਿਣ ਲਗੇ ਤਾਹਾਂ ਪਹੁੰਚ ਹਮ ਕਰਤ ਕਰਾਈ ਹਾਂ ਜੀ ਇਮ ਕਹ ਮਾਤੁਲ ਆਗਿਆ ਪਾਈ ਤੇ ਤੁਸੀਂ ਸਾਨੂੰ ਆਗਿਆ ਦੇਵੋ ਜੀ ਹੁਣ ਗੁਰੂ ਨੇ ਜੀ ਬਾਬਾ ਮੋਹਰੀ ਜੀ ਨਹੀਂ ਮਾਰਾ ਨੂੰ ਆਪਣਾ ਭਾਣਜਾ ਸਮਝਦੇ ਵੀ ਮੇਰਾ ਭਾਣਜਾ ਹੀ ਹੈ ਨਹੀਂ ਉਹ ਗੁਰੂ ਹੀ ਸਮਝਦੇ ਆਗਿਆ ਦਿੱਤੀ ਕਹਿਣ ਲੱਗੇ ਮਹਾਰਾਜ ਤੁਸੀਂ ਤੇ ਮਾਲਕ ਹੋ ਤੁਹਾਨੂੰ ਅਸੀਂ ਆਗਿਆ ਦੇਣ ਵਾਲੇ ਕੌਣ ਹੁੰਨੇ ਆ ਤਿਆਰੀ ਕਰੀ ਸਗਲ ਸੰਗ ਮਿਲੇ ਤਿਆਰੀ ਕੀਤੇ ਗੁਰੂ ਅਰਜਨ ਸਾਹਿਬ ਨੇ ਸਾਰਿਆਂ ਦੇ ਨਾਲ ਮਿਲੇ ਮਹਾਰਾਜ ਸੱਚੇ ਪਾਤਸ਼ਾਹ ਚੜ ਵਾਹਨ ਪਰ ਮਾਰਗ ਚੱਲੇ ਤੇ ਮਹਾਰਾਜ ਸੱਚੇ ਪਾਤਸ਼ਾਹ ਰੱਥ ਤੇ ਟੜੇ ਜੀ ਫਿਰ ਉੱਥੇ ਜੀ ਗੁਰਤਾ ਗੱਦੀ ਦਾ ਪਦ ਸੰਭਾਲਣ ਤੋਂ ਬਾਅਦ ਪਹਿਲੀ ਵਾਰੀ ਗੁਰੂ ਅਰਜਨ ਸਾਹਿਬ ਅੰਮ੍ਰਿਤਸਰ ਆ ਰਹੇ ਨੇ ਜੀ ਹਾਂ ਜੀ ਨਿਸ ਇੱਕ ਬਸ ਕੇ ਪੰਥ ਮਝਾਰਾ ਰਾਤ ਇੱਕ ਹੋਰ ਥਾਂ ਤੇ ਰਹੇ ਜੀ ਰਸਤੇ ਵਿੱਚ ਰਹੇ ਜੀ ਰਾਤ ਪਹੁੰਚਤ ਭੇ ਸਤਿਗੁਰੂ ਉਦਾਰਾ ਤੇ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੇ ਵਿੱਚ ਆਏ ਜੀ ਆਪਣੇ ਨਗਰ ਵਿੱਚ ਆਏ ਜੀ ਹਾਂ ਪੇਤਾ ਸਥਾਨ ਮਾਥ ਕੋ ਟੇਕਾ ਮਰਦ ਘਰ ਜੀ ਅੰਮ੍ਰਿਤਸਰ ਵਿੱਚ ਪਰ ਆਉਂਦਿਆਂ ਆਪਣੇ ਪਿਤਾ ਜੀ ਦੇ ਅਸਥਾਨ ਤੇ ਮੱਥਾ ਟੇਕਿਆ ਭਾਵ ਸਰੋਵਰ ਸਾਹਿਬ ਨੂੰ ਮੱਥਾ ਟੇਕਿਆ ਆ ਕੇ ਜੀ ਨਿਜ ਗ੍ਰਹਿ ਪ੍ਰਵਿਸ਼ੇ ਜਲਦ ਬਿਬੇਕਾ ਨਾਲ ਮਾਤਾ ਜੀ ਵੀ ਆਏ ਜੀ ਤੇ ਮਹਾਰਾਜ ਆਪਣੇ ਘਰ ਵਿੱਚ ਰਹਿ ਗਏ ਜੀ ਫਿਰ ਹਾਂ ਬਸਣ ਲੱਗੇ ਸ੍ਰੀ ਅੰਮ੍ਰਿਤਸਰ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਵਿੱਚ ਫਿਰ ਬਸਣ ਲੱਗ ਪਏ ਜੀ ਹਾਂਜੀ ਸੰਗਤਾਂ ਨੂੰ ਪਤਾ ਲੱਗ ਗਿਆ ਮਹਾਰਾਜ ਹੁਣ ਅੰਮ੍ਰਿਤਸਰ ਵਿੱਚ ਆ ਗਏ ਐ ਜਦੋਂ ਜਾਓ ਗੁਰੂ ਕੇ ਮਹਿਲ ਉੱਥੇ ਭਾਵਨਾ ਨਾਲ ਨਮਸਕਾਰ ਕਰਿਆ ਕਰੋ ਉੱਥੇ ਗੁਰੂ ਰਾਮਦਾਸ ਜੀ ਵੀ ਰਾਤ ਰਹਿੰਦੇ ਰਹੇ ਤੇ ਗੁਰੂ ਅਰਜਨ ਦੇਵ ਮਹਾਰਾਜ ਵੀ ਰਹਿੰਦੇ ਰਹੇ ਜੀ ਹਾਂ ਸਿਮਰਹਿ ਸਤਗੁਰ ਆਗਿਆ ਉਰਮੈ ਤੇ ਹਰ ਰੋਜ਼ ਗੁਰੂ ਰਾਮਦਾਸ ਜੀ ਦੀ ਆਗਿਆ ਨੂੰ ਚੇਤੇ ਰੱਖਿਆ ਵੀ ਮੈਨੂੰ ਹੁਕਮ ਕੀ ਕੀਤਾ ਮਹਾਰਾਜ ਨੇ ਸੰਗਤ ਸਕਲ ਆਏ ਕਰ ਪਾਸ ਸੰਗਤ ਸਾਰੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਉਂਦੀ ਹੈ ਅਰ ਪਹਿ ਭੇਟ ਕਰੇ ਅਰਦਾਸ ਭੇਟਾ ਰੱਖਦੀ ਹੈ ਤੇ ਸੰਗਤ ਅਰਦਾਸ ਕਰਦੀ ਹੈ ਬੜੇ ਲੋਕ ਆ ਕੇ ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਕਰਦੇ ਆ ਤੁਸੀਂ ਵੀ ਹੱਥ ਜੋੜੋ ਸੇਰ ਟੁਕਾਓ ਧਰੋ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਗੱਜ ਕੇ ਕਹੋ ਜੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨਗਰ ਆਗਰੇ ਤੇ ਕਰ ਬਾਸ ਸੰਗਤ ਬ੍ਰਿੰਦ ਸੰਗ ਗੁਰਦਾਸ ਉਧਰ ਫਿਰ ਆਗਰੇ ਨਗਰ ਤੋਂ ਬਹੁਤ ਸਾਰੀਆਂ ਸੰਗਤਾਂ ਨਾਲ ਲੈ ਕੇ ਭਾਈ ਗੁਰਦਾਸ ਜੀ ਇਸ ਪਾਸੇ ਨੂੰ ਆ ਰਹੇ ਸਨ ਜੀ ਗੁਰਦਰਸ਼ਨ ਕੇ ਕਾਰਨ ਆਵਤ ਕੀ ਸੀ ਮਨ ਵਿੱਚ ਬੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ ਹਾਂਜੀ ਪ੍ਰੇਮ ਸਹਿਤ ਸ਼ਬਦਨ ਕੋ ਗਾਵਤ ਤੇ ਬੜੇ ਪਿਆਰ ਦੇ ਨਾਲ ਨਾ ਸ਼ਬਦ ਗਾਉਂਦੇ ਹੋ ਯਾਰ ਇਹ ਮਰਜ਼ਾਦਾ ਸੀਗੀ ਜੀ ਹਾਂਜੀ ਹੁਣ ਤਾਂ ਆਪਾਂ ਜਦੋਂ ਯਾਤਰਾ ਕਰਦੇ ਆ ਤੇ ਕੋਈ ਵਿਰਲਾ ਹੀ ਹੈ ਜਿਹੜਾ ਰਸਤੇ 'ਚ ਬਾਣੀ ਪੜਦਾ ਜੀ ਕੋਈ ਵਿਰਲਾ ਛੇ ਜਿਹੜਾ ਰਸਤੇ 'ਚ ਸ਼ਬਦ ਪੜਦਾ ਪੁਰਾਤਨ ਸਿੱਖ ਜਦੋਂ ਯਾਤਰਾ ਕਰਦੇ ਸਨ ਬਾਣੀ ਪੜਦੇ ਹੋਏ ਗੁਰਸਥਾਨ ਤੇ ਜਾਂਦੇ ਸਨ ਜੀ ਸ਼ਬਦ ਪੜਦੇ ਪੜਦੇ ਸਾਧ ਸੰਗਤ ਜੀ ਉਹਨਾਂ ਨੇ ਸਤਿਗੁਰਾਂ ਦੇ ਅਸਥਾਨ ਤੇ ਜਾਣਾ ਹੁੰਦਾ ਕੀ ਸੀਗਾ ਜੀ ਇੱਕ ਤੇ ਸਮਾ ਸਫਲਾ ਜੀ ਦੂਜਾ ਮਨ ਵਿੱਚ ਪਾਵਨ ਵਧ ਜਾਂਦੀ ਜੀ ਦਰਸ਼ਨਾਂ ਦੀ ਜੀ ਤਸੀਂ ਹੁਣ ਭਾਈ ਗੁਰਦਾਸ ਜੀ ਵੇਦ ਵਿਆਸ ਨੇ ਸਿੱਖ ਧਰਮ ਦੇ ਜੀ ਤੇ ਭਾਈ ਗੁਰਦਾਸ ਜੀ ਕੋਲੋਂ ਜੁਗਤ ਸਿੱਖੋ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਆਉਣਾ ਕਿਵੇਂ ਆਉਣਾ ਹੈ ਜੀ ਹੁਣ ਇਹ ਨਹੀਂ ਵੀ ਦੂਰੋਂ ਆਗਰਿਓਂ ਹੀ ਆਉਣਾ ਉਦੋਂ ਨਹੀਂ ਜਦੋਂ ਘਰੋਂ ਤੁਰਨਾ ਹੈ ਨਾ ਇੱਥੇ ਵੀ ਆਉਣਾ ਰਸਤੇ 'ਚ ਭਾਵੇਂ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਭਾਵੇਂ ਮੂਲ ਮੰਤਰ ਸ਼ੁਰੂ ਕਰ ਲਿਆ ਭਾਵੇਂ ਗੁਰ ਮੰਤਰ ਸ਼ੁਰੂ ਕਰ ਲਿਆ ਬਾਣੀ ਪੜਦਿਆਂ ਪੜਦਿਆਂ ਆਇਆ ਕਰੋ ਤੇ ਫਿਰ ਆ ਕੇ ਦਰਸ਼ਨ ਕਰਿਆ ਕਰੋ ਜਿਆਦਾ ਫਲ ਮਿਲੇਗਾ ਜੀ ਫਿਰ ਪੜੋ ਪੰਕਤੀਆਂ ਗੁਰਦਰਸ਼ਨ ਕੇ ਕਾਰਨ ਆਵਤ ਭਾਈ ਗੁਰਦਾਸ ਜੀ ਸੰਗਤਾਂ ਨੂੰ ਨਾਲ ਲੈ ਕੇ ਆ ਰਹੇ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਜੀ ਪ੍ਰੇਮ ਸਹਿਤ ਸ਼ਬਦਨ ਕੋ ਗਾਵਤ ਤੇ ਬੜੇ ਪਿਆਰ ਦੇ ਨਾਲ ਗੁਰੂ ਜੀ ਦੇ ਸ਼ਬਦ ਗਾ ਰਹੇ ਮਿਲ ਮੇਰੇ ਪ੍ਰੀਤਮ ਜਿਓ ਤਤ ਬਿਨ ਖਰੀ निमाणी मिल मेरे प्रीत मियो तुधरी निमाणी मिल मेरे प्रीतमां जियो तुध बिन खरी ਮਾਣੀ ਜਪੋ ਮਿਲ ਮੇਰੇ ਸਰਮਾ ਦਿਓ ਤੁਰੀਂ ਮੇਰੇ ਨ ਕਰੀ ਮਾਣੀ ਰਸਤੇ ਵਿੱਚ ਐਸੇ ਸ਼ਬਦ ਪੜਦੇ ਹੋਏ ਆ ਰਹੇ ਆ ਜੀ ਸੰਗਤ ਮਿਲੇ ਕੀਰਤਨ ਕਰੇ ਸੰਗਤਾ ਮਿਲ ਮਿਲ ਕੇ ਕੀਰਤਨ ਕਰਦੀਆਂ ਹੋਈਆਂ ਆ ਰਹੀਆਂ ਹਨ ਸ਼ਰਮਤ ਹੋਏ ਟਿਕ ਹੈ ਨਿਸਪਰੇ ਤੇ ਸਾਧ ਸੰਗਤ ਦੀ ਰਾਤ ਪੈ ਗਈ ਹੈ ਗੱਜ ਕੇ ਆਖੋ ਵਾਹਿਗੁਰੂ ਥੱਕ ਗਏ ਐ ਤੇ ਜਦੋਂ ਰਾਤ ਪੈ ਗਈ ਉੱਥੇ ਹੀ ਟਿਕ ਗਏ ਜੀ ਹਾਂਜੀ ਪ੍ਰਥਮ ਜਾਮ ਅਰਪਾਸ਼ਲ ਜਾਮੂ ਗਾਵਤ ਸੰਗਤ ਕੀਰਤ ਨਾਮੋ ਤੇ ਸਾਧ ਸੰਗਤ ਜੀ ਪਹਿਲੇ ਪੈਰ ਤੇ ਪਿਛਲੇ ਪੈਰ ਸੰਗਤਾਂ ਜਿੱਥੇ ਹੁੰਦੀਆਂ ਉੱਥੇ ਬਹਿ ਕੇ ਕੀਰਤਨ ਕਰਨ ਲੱਗ ਪੈਂਦੀਆਂ ਜੀ ਸਫ਼ਰ ਵੀ ਕਰਦੀਆਂ ਦੋ ਟਾਈਮ ਟਿਕ ਕੇ ਰਸਤੇ 'ਚ ਕੀਰਤਨ ਕਰਦੀਆਂ ਜੀ ਕਿਉਂ ਉਹਨਾਂ ਦਾ ਆਗੂ ਵਧੀਆ ਨਾ ਜੀ ਸਮੱਤ ਦੇਣ ਵਾਲਾ ਆਗੂ ਹੈ ਭਾਈ ਗੁਰਦਾਸ ਸਾਹਿਬ ਜੀ ਪੰਥ ਚਲਤ ਮਿਲ ਕੀਰਤਨ ਕਰੈ ਰਸਤੇ ਵਿੱਚ ਫਿਰ ਤੁਰ ਪੈਂਦੇ ਆ ਫਿਰ ਕੀਰਤਨ ਕਰਦੇ ਆ ਜੀ ਸਤਗੁਰ ਪ੍ਰੇਮ ਮਹਾ ਉਰਤਾਰੈ ਮਹਾਰਾਜ ਦਾ ਬੜਾ ਹੀ ਪਿਆਰ ਹਿਰਦੇ ਵਿੱਚ ਉਹਨਾਂ ਧਾਰਨ ਕੀਤਾ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਪਹਿਲੀ ਵਾਰੀ ਦਰਸ਼ਨ ਕਰਨੇ ਦੀ ਹਾਂਜੀ ਇਮ ਦਿਨ ਪ੍ਰਤ ਸੰਗਤ ਚਲ ਆਵਤ ਇਸ ਤਰੀਕੇ ਨਾਲ ਹਰ ਰੋਜ਼ ਹੀ ਸੰਗਤਾਂ ਆ ਰਹੀਆਂ ਹਨ ਤੁਰ ਹੀ ਆ ਰਹੀਆਂ ਹਨ ਮੁਖ ਗੁਰਦਾਸ ਸਭਨ ਹਰਖਾਵਨ ਤੇ ਭਾਈ ਗੁਰਦਾਸ ਜੀ ਤੇ ਹੋਰ ਸਾਰੀਆਂ ਸੰਗਤਾਂ ਦੇ ਮੁਖ ਖਿੜੇ ਹੋਏ ਹਨ ਜੀ ਹਾਂਜੀ ਤੀਰ ਵੀ ਪਾਸਾ ਕੀ ਤਬ ਆਏ ਚਲਦਿਆਂ ਚਲਦਿਆਂ ਬਿਆਸ ਦੇ ਕੰਢੇ ਆ ਗਏ ਜੀ ਹਾਂਜੀ ਜਲ ਗੰਭੀਰ ਥਾ ਨਹ ਪਾਏ ਤੇ ਜਲ ਗੰਭੀਰ ਥਾਹ ਨਹ ਪਾਏ ਬੜਾ ਡੂੰਘਾ ਜਲ ਸੀਗਾ ਜੀ ਉੱਥੇ ਜੀ ਹਾਂਜੀ ਨਿਕਟ ਤਰੀ ਨਹ ਉੱਤਰ ਹੈ ਪਾਰ ਪਾਣੀ ਬੜਾ ਡੂੰਗਾ ਤੇ ਬੇੜੀ ਕੋਈ ਨਹੀਂ ਆਗੀ ਜੀ ਹਾਂਜੀ ਠਾਂਡੇ ਹੀਰ ਹਿੰਦੀ ਕਿਨਾਰ ਠਰਪੜੋ ਠਾਂਡੇ ਹੀਰ ਹਾਂ ਨਦੀ ਕਿਨਾਰ ਠਾਂਡੇ ਹੀਰ ਹੈ ਨਦੀ ਕਿਨਾਰ ਖਲੋ ਕੇ ਵੇਖਦੇ ਆ ਵੀ ਕੋਈ ਕਿਨਾਰਾ ਲੱਭੇ ਕਿਵੇਂ ਜਾਈਏ ਕਿਨਾਰੇ ਖਲੋਤੇ ਇੱਕ ਬੰਨੇ ਪਾਰ ਜਾਣਾ ਪਾਣੀ ਬਹੁਤ ਡੂੰਗਾ ਹੈ ਬੇੜੀ ਕੋਈ ਨਹੀਂ ਆ ਗਈ ਦੀ ਹਾਂਜੀ ਬਸ ਹੈ ਜਾਮਨੀ ਜੇ ਇਸ ਥਾਨ ਤੇ ਜੇ ਰਾਤ ਇੱਥੇ ਰਹੀਏ ਅਸੀਂ ਹਾਂਜੀ ਆਵਹਿ ਨੌਕਾ ਪ੍ਰਾਤੀ ਜਾਨ ਦਿਨੇ ਜਾ ਕੇ ਕੋਈ ਬੇੜੀ ਆਉਣੀ ਹੈ ਹਾਂਜੀ ਸਕਲ ਵਸਤ ਤੇ ਰਹਿ ਔਖਾਈ ਤੇ ਰਾਤ ਇੱਥੇ ਠੰਡ ਵਿੱਚ ਕਿਵੇਂ ਰਵਾਂਗੇ ਔਖਾਈ ਬੜੀ ਰਹਿਣੀ ਹੈ ਸੰਗਤ ਸਗਰੀ ਸ਼ਰਮ ਕੋ ਪਾਈ ਸੰਗਤ ਥੱਕੀ ਹੋਈ ਐ ਸਾਰੀ ਪਾਰ ਜਾਣਾ ਕੋਈ ਰਾਹ ਨਹੀਂ ਲੱਭਦਾ ਜੀ ਹਾਂਜੀ ਏਵ ਵਿਚਾਰਤ ਔਰ ਗੁਰਦਾਸ ਭਾਈ ਗੁਰਦਾਸ ਜੀ ਵੀ ਵਿਚਾਰ ਕਰਦੇ ਵੀ ਕਿਵੇਂ ਸੰਗਤ ਪਾਰ ਜਾਏਗੀ ਇੱਥੇ ਰਹਿਣਾ ਰਹਿ ਕੇ ਗੁਜ਼ਾਰਾ ਨਹੀਂ ਹੈਗਾ ਇੱਕ ਪੰਨੇ ਉਹ ਸਮੇਂ ਬੜੇ ਸੰਗਤ ਜੀ ਔਖੇ ਸਨ ਜੀ ਅੱਜ ਤੇ ਸੋਖੀ ਬੜੇ ਨਹੀਂ ਸਾਨੂੰ ਦਰਸ਼ਨਾ ਵਾਸਤੇ ਹਾਂਜੀ ਇੱਕ ਸਿੱਖ ਪਠਤ ਹਟੋ ਥਿਤ ਪਾਸ ਤੇ ਉਥੇ ਅਜੇ ਭਾਈ ਗੁਰਦਾਸ ਜੀ ਆਪਣੇ ਮਨ 'ਚ ਵਿਚਾਰ ਹੀ ਕਰ ਰਹੇ ਸਨ ਤੇ ਲੱਗੇ ਇੱਕ ਸਿੱਖ ਬਾਣੀ ਪੜ ਰਿਆ ਸੀਗਾ ਜੀ ਹਾਂਜੀ ਸ੍ਰੀ ਮੁਖਵਾਕ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਾਲੇ ਤੇ ਭਾਈ ਗੁਰਦਾਸ ਦੀ ਸੋਚ ਰਹਿ ਐ ਤੇ ਗੁਰੂ ਕਾ ਸਿੱਖ ਪੜ ਰਿਆ ਜੀ ਬਸਨ ਵਾਹਿਗੁਰੂ ਬਚਨ ਬਸੈ ਜੀ ਨਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਬਚਨ ਬਸੈ ਜੀ ਨਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ 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 ਪਹੇ ਨਸਾਕ ਜਾਲੇ ਗੁਰ ਕਾ ਬਚਨ ਬਸ ਜੀਣਾ ਲੇ ਬਚਨ ਬਸੈ ਜੀ ਨਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਇਹ ਪੰਕਤੀਓਂ ਪ੍ਰੇਮ ਨਾਲ ਪੜ ਰਿਹਾ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਸਾਕੇ ਜਾਲੇ ਇਹਦਾ ਭਾਵ ਇਹ ਹੈ ਜਿਹਦੇ ਹਿਰਦੇ ਚ ਗੁਰੂ ਦਾ ਬਚਨ ਵਸਦਾ ਹੈ ਗੁਰੂ ਦੇ ਬਚਨ ਨੂੰ ਪਾਣੀ ਡੋਬ ਨਹੀਂ ਸਕਦਾ ਜੀ ਪਾਣੀ ਦਾ ਕੰਮ ਡੋਬਣਾ ਜੀ ਜਿਹੜਾ ਉਹਦੇ 'ਚ ਜਾਏਗਾ ਭਾਰਾ ਹੋਏਗਾ ਡੁੱਬ ਜਾਏਗਾ ਜੀ ਚੋਰ ਦਾ ਕੰਮ ਚੋਰੀ ਕਰਨਾ ਇਹਨੂੰ ਚੋਰ ਚੋਰੀ ਨਹੀਂ ਕਰ ਸਕਦਾ ਆਗੇ ਨੂੰ ਸਾੜ ਨਹੀਂ ਸਕਦੀ ਜੀ ਹਾਂਜੀ ਚੌਪਈ ਸੁਣ ਗੁਰਦਾਸ ਵਿਚਾਰਤ ਹਿਰਦੈ ਤੇ ਭਾਈ ਗੁਰਦਾਸ ਜੀ ਨੇ ਜਦੋਂ ਪੰਗਤੀ ਸੁਣੀ ਤੇ ਵਿਚਾਰ ਕੀਤੀ ਸੀ ਗੌਰ ਸਮਝਾਏ ਨਾ ਡੂਬਹਿ ਕਦੈ ਇਹ ਇਹ ਪੰਕਤੀ ਚ ਮਹਾਰਾਜ ਸਮਝਾ ਰਹੇ ਵੀ ਕੋਈ ਨਹੀਂ ਡੁੱਬਦੇ ਨਹੀਂ ਤੁਸੀਂ ਵੇਖ ਲਓ ਸਿਆਣੇ ਬਾਣੀ ਤੋਂ ਕਿਵੇਂ ਅਗਵਾਈ ਲੈਂਦੇ ਜੀ ਹਾਂਜੀ ਸ਼ਬਦ ਆਸਰੇ ਹੋਵੋ ਪਾਰ ਸ਼ਬਦ ਦੇ ਆਸਰੇ ਪਾਰ ਹੋਵੋ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਐ ਇਮ ਨਿਸ਼ਚਾ ਸਤਗੁਰ ਕੋ ਤਾਰ ਇਹ ਮਹਾਰਾਜ ਦਾ ਨਿਸ਼ਟਾ ਹੈ ਹੰਦੀ ਸਭ ਸੰਗਤ ਕੋ ਕਹਾ ਬੁਝਾਈ ਹਮ ਹੈ ਮੂਗਦ ਮੂਜ ਕਸ਼ਨ ਪਾਈ ਤੇ ਹੁਣ ਅਗੋਂ ਜੋ ਵੀ ਹੋਣਾ ਹੈ ਸੰਗਤਾਂ ਕੀਵੇਂ ਆਉਂਦੀਆਂ ਹਨ ਇਹ ਕੱਲ ਸਰਵਣ ਕਰਾਂਗੇ ਜੀ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਸਾਨੂੰ ਭਾਵਨਾ ਬਖਸ਼ਣ ਗੁਰੂ ਦੇ ਬਚਨਾਂ ਤੇ ਭਰੋਸਾ ਬਖਸ਼ਣ ਹੋਈਆਂ ਭੁੱਲਾਂ ਜਾਇਓ ਦਰਸ਼ਨ ਪਰਸਨ ਕਰਿਓ ਭੁੱਲਾਂ ਚੁਕਾਂ ਦੀ ਖੀਮਾ ਬਖਸ਼ਿਓ ਪਿਆਰ ਨਾਲ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ